ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਿਗੁਰ ਕੋ ਛਾੜਕੈ ਗਇਓ ਤੁਹਾਰੁ ਦੁਆਰ ਬਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ ਬਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਵੇਲ ਪਿੰਜਾਇਆ ਕਤ ਰੁਣਾਇਆ ਕੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਓ ਪਤ ਪਾਟੀ ਸਿਵਤੀ ਸੀਪੈ ਨਾਨਕ ਜੀਵਤ ਜੀਵੈ। ਵੇਲ ਪਿੰਜਾਇਆ ਕਤ ਵੋਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜਮਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਮਹਾਰਾਜ ਦੇ ਬਖਸ਼ੇ ਹੋਏ ਸਮੇਂ ਨੂੰ ਲੇਖੇ ਦੇ ਵਿੱਚ ਲਾਈਏ। ਪਾਤਸ਼ਾਹ ਜੀ ਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਵਨ 550 ਸਾਲਾ ਪ੍ਰਕਾਸ਼ ਦਿਹਾੜਿਆਂ ਨੂੰ ਮਨਾਉਂਦੇ ਹਾਂ ਚੱਲ ਰਹੇ ਸਹਿਜ ਪਾਠ ਬਹੁਤ ਸਮਾਗਮਾਂ ਵਿੱਚ ਭਰੀਏ ਹਾਜ਼ਰੀ ਰਸਨਾ ਗੁਰੂ ਪਵਿੱਤਰ ਸਾਰੀ ਸੰਗਤ ਤੱਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਵੇਲ ਪਿੰਜਾਇਆ ਕਤ ਵੁਣਾਇਆ ਸਤਸੰਗ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 955 ਦੇ ਅਖੀਰ ਤੋਂ ਸਹਿਜ ਪਾਠ ਸੰਸਿਆ ਆਰੰਭ ਹੋ ਰਹੀ ਹੈ। ਉਸ ਤੋਂ ਪਹਿਲਾਂ ਇੱਕ ਜੋ ਵਿਚਾਰ ਪਾਠ ਭੇਦ ਆਇਆ ਸੀ ਕੱਲ 15ਵੀਂ ਪੌੜੀ ਤੋਂ ਪਹਿਲਾਂ ਜੋ ਸਲੋਕ ਹੈ ਪੌੜੀ ਆਰੰਭ ਹੋਣ ਤੋਂ ਪਹਿਲਾਂ ਜੇ ਨਾ ਗੁਣ ਪੱਲੇ ਨਾਨਕਾ ਮਾਨਕ ਵਣਜੈ ਸੇਵ ਰਤਨਾ ਸਾਰ ਨਾ ਜਾਣਈ ਅੰਧੇ ਵਤਹਿ ਲੋਏ ਇਹ ਅਖੀਰਲੀਆਂ ਤੁਕਾਂ ਨੇ ਉਸ ਸਲੋਕ ਦੀਆਂ ਮਹੱਲੇ ਦੀਆਂ। ਜਾਣਨੀ ਪਾਠ ਲਿਖਿਆ ਸੁਰਦਾਸ ਦੀਆਂ ਪੋਥੀਆਂ ਦੇ ਅੰਦਰ
ਤੇ ਇਹ ਪਾਠ ਭੇਦ ਹੈ। ਪਾਠ ਭੇਦ ਹੁੰਦਾ ਵੀ ਇਹ ਦੋਵੇਂ ਪਾਠ ਚੱਲ ਰਹੇ ਨੇ ਸਰੂਪਾਂ ਦੇ ਵਿੱਚੋਂ। ਜਾਣ ਹੀ ਮੁੱਖ ਪਾਠ ਹੈ, ਜਾਣਨੀ ਵੀ ਜਿੱਥੇ ਲਿਖਿਆ ਹੈ ਹੁਣ ਮਹਾਰਾਜ ਦੇ ਸਰੂਪ ਵਿੱਚ, ਉੱਥੇ ਮੇਟਕਾ ਆਪਾਂ ਸਕਦੇ ਨਹੀਂ ਹੈ, ਪਰ ਜਾਣ ਹੀ ਪਾਠ ਹੈ ਟਕਸਾਲ ਦੇ ਵਿੱਚ ਜੋ ਨਿਰਣਾ ਹੈ ਇਸ ਪਾਠ ਦਾ, ਇਹ ਆਪ ਜੀ ਨੇ ਜਾਣ ਲੈਣਾ। ਰਤਨਾ ਸਾਰ ਨਾ ਜਾਣ ਹੀ ਅੰਧੇ ਵਤ ਹੈ ਲੋਏ। ਅਤੇ ਦੂਸਰਾ ਹੁਕਮ ਹੋਇਆ ਸੀ ਵੀ ਇੱਕ ਤੋਂ ਕਾਈ ਗੱਲ ਉਹਦੀ ਵਿਚਾਰ ਦੁਬਾਰਾ ਕਰਨੀ, ਜੋ 17ਵੀਂ ਪੌੜੀ ਤੋਂ ਪਹਿਲਾਂ ਸਲੋਕ ਹੈ, ਸਲੋਕ ਮਹੱਲਾ ਪਹਿਲਾ। ਸਾਵਣ ਰਾਤ ਅਹਾੜ ਦੇਹੋ ਕਾਮ ਕ੍ਰੋਧ ਦੇ ਖੇਤ, ਲਭ ਵਤਰ ਦਰੋਗ ਬੀਓ ਹਾਲੀ ਰਾਹ ਕੁਹੇਤ। ਅਤੇ ਜਿਵੇਂ ਫਸਲ ਬੀਜੀ ਦੀ ਹੈ ਨਾ, ਵੀ ਫਸਲ ਦਾ ਪ੍ਰਕਰਣ ਹੈ ਸਾਧ ਸੰਗਤ ਜੀ, ਅਤੇ ਇਹਨੂੰ ਸਮਝਣ ਦੇ ਵਾਸਤੇ ਵੀ ਜਿਵੇਂ ਹਾੜੀ ਅਤੇ ਸਾਉਣੀ ਦੀ ਫਸਲ ਹੁੰਦੀ ਹੈ, ਇਸੇ ਪ੍ਰਕਾਰ ਜੋ ਰਾਤ ਹੈ ਇਹ ਮਨਮੁੱਖ ਪੁਰਖਾਂ ਦੇ ਵਾਸਤੇ ਸਾਉਣੀ ਦੀ ਫਸਲ ਹੈ, ਵਿਕਾਰ ਭੋਗਦੇ ਨੇ ਰਾਤ ਨੂੰ। ਜੋ ਕ੍ਰੋਧ ਹੈ ਇਹਨਾਂ ਨੇ ਹਾੜੀ ਦੀ ਫਸਲ ਬਣਾਈ ਹੋਈ ਹੈ, ਦਿਨ ਦੇ ਸਮੇਂ ਲੋਕਾਂ ਨਾਲ ਝਗੜੇ ਕਰਦੇ ਹਨ। ਇਸ ਤਰ੍ਹਾਂ ਇਹ ਕਾਮ ਕ੍ਰੋਧ ਦੋਵੇਂ ਖੇਤ ਹਨ ਜਿਨ੍ਹਾਂ 'ਚ ਹਾੜੀ ਸਾਉਣੀ ਦੀ ਫਸਲ ਬੀਜਦੇ ਨੇ। ਅਤੇ ਫਸਲ ਬੀਜੀ ਦੀ ਨਾ ਜਦੋਂ ਜ਼ਮੀਨ ਦੇ ਵਿੱਚ ਉਹ ਬੀਜਣ ਦਾ ਸਮਾਂ ਹੁੰਦਾ, ਉਹਨੂੰ ਵੱਤਰ ਸਮਾਂ ਕਹਿੰਦੇ ਆ। ਜਿਹਨੂੰ ਅਨੁਕੂਲ ਪ੍ਰਤੀ ਸਮਾਂ ਹੋਵੇ, ਜਿਸ ਸਮੇਂ ਬੀਜਿਆ ਬੀਜ ਫਲਦਾ ਹੈ, ਉਹ ਵੱਤਰ ਹੁੰਦਾ। ਅਤੇ ਇੱਥੇ ਮਨਮੁੱਖਾਂ ਦਾ ਵੱਤਰ ਕੀ ਹੈ ਵੀ ਲੱਭ, ਜਿਹੜਾ ਪਦਾਰਥਾਂ ਦੇ ਖਾਣ ਦਾ ਲੱਭ ਲਾਲਚ ਹੈ ਨਾ, ਵੱਤਰ ਇਹੀ ਇਹਨਾਂ ਨੇ ਵੱਤਰ ਅਨੁਕੂਲ ਸਮਾਂ ਬਣਾਇਆ ਹੋਇਆ ਕਾਮ ਕ੍ਰੋਧ ਦੀ ਖੇਤੀ ਬੀਜਣ ਵਾਸਤੇ। ਦਰੋਗ ਬੀਓ, ਅਤੇ ਜਿਹੜਾ ਝੂਠ ਬੋਲਦੇ ਨੇ, ਇਹ ਬੀਜ ਪਾਇਆ ਹੈ ਉਸ ਖੇਤ ਦੇ ਅੰਦਰ। ਹਾਲੀ ਰਾਹ ਕੁਹੇਤ, ਖੋਟਾ ਹੇਤ ਹਿੱਤ ਪ੍ਰੇਮ ਜੋ ਹੈ, ਇਹ ਸਾਧ ਸੰਗਤ ਜੀ ਰਾਹਕ ਹੈ ਕਿਸਾਨ ਜਿਹੜਾ ਹਾਲੀ ਹਲ ਨੂੰ ਵਾਹੁਣ ਵਾਲਾ। ਸੋ ਇਸ ਤਰ੍ਹਾਂ ਵੱਤਰ ਤੋਂ ਭਾਵ ਹੁੰਦਾ ਅਨੁਕੂਲ ਸਮਾਂ ਜ਼ਮੀਨ ਦੇ ਵਿੱਚ, ਜਿਵੇਂ ਹੁਣ ਸਾਧ ਸੰਗਤ ਕੱਤੇ ਦੇ ਮਹੀਨੇ ਦੇ ਅੰਦਰ ਕਣਕ ਦੀ ਬਿਜਾਈ ਹੋਈ ਹੈ, ਇੱਕ ਤਾਂ ਇਹ ਰੁੱਤ ਅਨੁਕੂਲ ਹੋ ਗਈ, ਫਿਰ ਅੱਗੇ ਸਮਾਂ ਕੀ ਹੋਇਆ ਵੀ ਜਿਵੇਂ ਖੇਤ ਵਾਹ ਕੇ, ਅਤੇ ਖੇਤ ਵਾਹੁਣ ਤੋਂ ਬਾਅਦ ਜੋ ਗਿੱਲ ਹੁੰਦੀ ਹੈ ਥੋੜ੍ਹੀ ਧਰਤੀ ਦੇ ਅੰਦਰ, ਜਿਸ ਦੇ ਵਿੱਚ ਟਰੈਕਟਰ ਚੱਲ ਸਕੇ, ਹਲ ਵਾਹੇ ਜਾ ਸਕਣ, ਬੀਜ ਬੀਜਿਆ ਜਾ ਸਕੇ, ਉਹਨੂੰ ਵੱਤਰ ਕਹਿੰਦੇ ਨੇ। ਸੋ ਇਸ ਤਰ੍ਹਾਂ ਇਹ ਆਪ ਜੀ ਨੇ ਜਾਣ ਲੈਣਾ ਵੀ ਲੱਭ ਜਿਹੜਾ ਹੈ ਮਨਮੁੱਖਾਂ ਨੇ ਖਾਣ ਦਾ ਰੱਖਿਆ ਮੁੱਖ, ਇਹੀ ਧਰਤੀ ਵੱਤਰ ਸਮਝੀ ਹੋਈ ਹੈ। ਅਤੇ ਬੀਜ ਕਿਹੜਾ ਬੀਜਦੇ ਨੇ, ਜਿਹੜਾ ਝੂਠ ਹੀ ਬੋਲਦੇ ਨੇ ਰਾਤ ਦਿਨ, ਇਹ ਫਸਲ ਦਾ ਬੀਜ ਬੀਜਦੇ ਹਨ। ਸੋ ਇਹ ਪੰਕਤੀ ਦੀ ਵਿਚਾਰ ਇੱਦਾਂ ਹੈ। ਅੱਗੇ ਫਿਰ ਜਿਵੇਂ ਮਹਾਰਾਜ ਸੰਥਿਆ ਆਰੰਭ ਕਰ ਰਹੇ ਨੇ 955 ਅੰਗ ਦੇ ਅਖੀਰ ਦੇ ਵਿੱਚ ਆਰੰਭਤਾ ਹੋ ਰਹੀ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਵੇਲ ਪਿੰਜਾਇਆ ਕੱਤ ਬੁਣਾਇਆ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸਲੋਕ ਉਚਾਰਨ ਕਰਦੇ ਹਨ। ਮਹਾਰਾਜ ਦੇ ਪਾਸ ਪ੍ਰੇਮੀ ਨੇ ਆ ਕੇ ਬੇਨਤੀ ਕੀਤੀ, ਸਤਿਗੁਰੂ ਸਾਨੂੰ ਉਪਦੇਸ਼ ਦੇਣਾ ਕਰੋ ਕਿ ਹਰੀ ਤੋਂ ਵਿਛੜੇ ਹੋਏ ਜਿਹੜੇ ਜੀਵ ਹਨ ਅਸੀਂ, ਇਹ ਕਿਵੇਂ ਪਰਮੇਸ਼ਰ ਨਾਲ ਸਾਡਾ ਮਿਲਾਪ ਹੋਵੇ। ਤਾਂ ਇੱਕ ਵਸਤਰ ਜਿਵੇਂ ਬਣਦਾ ਹੈ,
ਉਹਦਾ ਦ੍ਰਿਸ਼ਟਾਂਤ ਦੇ ਕੇ ਸਤਿਗੁਰਾਂ ਨੇ ਸਮਝਾਇਆ ਹੈ ਵੇਲ ਪਿੰਜਾਇਆ। ਜਿਵੇਂ ਪਹਿਲਾਂ ਸਾਧ ਸੰਗਤ ਕਪਾਹ ਨੂੰ ਪਹਿਲਾਂ ਵੇਲ ਕੀ ਹੈ ਵੇਲਣਾ, ਵੇਲਣੇ ਦੇ ਵਿੱਚੋਂ ਦੀ ਕਪਾਹ ਜਿੱਥੋਂ ਦੀ ਕੱਢੀ ਦੀ ਹੈ ਅਤੇ ਉਹਨੂੰ ਵੇਲਿਆ ਜਾਂਦਾ ਹੈ, ਉਹ ਤੋਂ ਫਿਰ ਰੂੰ ਤਿਆਰ ਹੁੰਦਾ। ਜਦ ਰੂਈ ਤਿਆਰ ਹੋ ਜਾਂਦੀ ਹੈ ਪਿੰਜਾਇਆ, ਇੱਦਾਂ ਉਚਾਰਨ ਕਰਨਾ ਨੀਆਂ ਪਿੰਜਾਇਆ, ਅਤੇ ਫਿਰ ਉਹ ਪਿੰਜਿਆ ਜਾਂਦਾ ਹੈ ਰੂੰ। ਹੁਣ ਤਾਂ ਨਵੀਆਂ ਤਕਨੀਕਾਂ ਆ ਗਈਆਂ ਅਤੇ ਜਾਂ ਸਭ ਕੁਝ ਬਣਿਆ ਬਣਾਤਾ ਸਾਡੇ ਤਾਈਂ ਪਹੁੰਚਦਾ, ਜਿਵੇਂ ਤਿਆਰ ਹੁੰਦਾ ਉੱਥੋਂ ਤਾਈਂ ਅਸੀਂ ਪਹੁੰਚਦੇ ਨਹੀਂ ਹਾਂ। ਪਰ ਨਗਰਾਂ ਥਾਵਾਂ ਦੇ ਵਿੱਚ ਕਿਉਂਕਿ ਉੱਥੇ ਇਹ ਕੰਮ ਅੱਖੀਂ ਵੇਖਿਆ ਹੋਣ ਕਰਕੇ ਕੁਝ ਪੁਰਾਣਿਆਂ ਨੂੰ ਸਮਝ ਹੈ, ਅਤੇ ਇਹ ਮੈਂ ਵੀ ਸਾਰਾ ਅੱਖੀਂ ਵੇਖਿਆ ਰੂੰ ਪੁੰਜਾਉਣ ਜਾਂਦੇ ਰਹੇ, ਹੋਰ ਵੀ ਕਈ ਪੁਰਾਣਿਆਂ ਵੇਖਿਆ ਹੋਊਗਾ। ਸੋ ਇਸ ਤਰ੍ਹਾਂ ਵੇਲਣੇ ਦੇ ਵਿੱਚੋਂ ਦੀ ਸਾਧ ਸੰਗਤ ਜਿਹੜੀ ਕਪਾਹ ਹੁੰਦੀ ਹੈ ਜਿੱਥੋਂ ਰੂੰ ਤਿਆਰ ਹੁੰਦਾ, ਕਪਾਹ ਦੀ ਫਸਲ ਦੇ ਜਿਹੜੇ ਉੱਪਰ ਫੁੱਲ ਬਣੇ ਹੁੰਦੇ ਨੇ ਜਦੋਂ ਪੱਕਦੀ ਹੈ, ਉਹਨਾਂ ਨੂੰ ਮਹਾਰਾਜ ਕਹਿੰਦੇ ਵੀ ਰੂੰ ਤਿਆਰ ਕਰਕੇ ਵੇਲਣੇ ਦੇ ਵਿੱਚੋਂ ਫਿਰ ਪਿੰਜਿਆ ਜਾਂਦਾ, ਭਾਵ ਚੰਗੀ ਤਰ੍ਹਾਂ ਨੂੰ ਸਵਾਰਿਆ ਜਾਂਦਾ ਹੈ। ਕੱਤ ਬਣਾਇਆ, ਫਿਰ ਪੂਣੀਆਂ ਕੱਤਦੇ ਨੇ ਰੂੰ ਦੀਆਂ, ਪੂਣੀਆਂ ਬਣਾ ਕਰਕੇ ਅਤੇ ਛੋਟੀਆਂ ਛੋਟੀਆਂ ਪੂਣੀਆਂ ਬਣਾ ਕੇ ਮਾਈਆਂ ਚਰਖਾ ਡਾਹ ਕੇ ਅਤੇ ਉਹਨੂੰ ਕੱਤਦੀਆਂ ਹੁੰਦੀਆਂ ਸਨ ਚਰਖੇ ਦੇ ਉੱਤੇ, ਅਤੇ ਜਦੋਂ ਕੱਤਿਆ ਜਾਂਦਾ ਫਿਰ ਬੁਣਾਇਆ, ਜਲਾਹੇ ਤੋਂ ਬਸਤਰ ਬੁਣਾਇਆ ਬਣਵਾਇਆ ਹੈ, ਅਤੇ ਜਾਂ ਆਪ ਵੀ ਕਈਆਂ ਨੇ ਘਰੇ ਖੱਡੀ ਲਾਈ ਹੁੰਦੀ, ਪਰਾਈਆਂ ਪੁਰਾਣੀਆਂ ਮਾਈਆਂ ਆਪ ਵੀ ਬਸਤਰ ਆਦਿਕ ਥੋੜ੍ਹਾ ਬਹੁਤ ਬੁਣਨਾ ਜਾਣਦੀਆਂ, ਜਿਵੇਂ ਕੱਪੜਾ ਇਵੇਂ ਮਿਹਨਤ ਕਰਕੇ ਤਿਆਰ ਹੁੰਦਾ ਹੈ। ਕੱਟ ਕੁੱਟ ਕਰ ਖੁੰਭ ਚੜਾਇਆ, ਖੁੰਭ ਭਾਰਾ ਦੇ ਭੱਬਾ ਹੋ ਗਿਆ ਨਾ, ਫਿਰ ਕੱਟ ਕੁੱਟ ਕਰ ਖੁੰਭ ਚੜਾਇਆ, ਖੁੰਭ ਪੋਲਾ ਉਚਾਰਨ ਹੈ ਬੱਬਾ ਹੈ ਨਾ ਖੁੰਭ, ਕੱਟ ਕੁੱਟ ਕਰ, ਫਿਰ ਉਹ ਬਸਤਰ ਜਿਹੜਾ ਤਿਆਰ ਕੀਤਾ ਹੈ ਉਹਨੂੰ ਕੱਟ ਕੁੱਟ ਕੇ ਭਾਵ ਟੁਕੜੇ ਕਰਕੇ ਉਹਦੇ ਅਤੇ ਖੁੰਭ ਚੜਾਇਆ ਭੱਠੀ ਦੇ ਉੱਤੇ, ਖੁੰਭ ਦੇ ਵਾਸਤੇ ਚੜਾਇਆ ਜਾਂਦਾ ਉਹਦੀ ਮੈਲ ਆਦਿਕ, ਜਿਹੜਾ ਬਸਤਰ ਫੁੱਲਿਆ ਹੁੰਦਾ ਏ, ਜਿਵੇਂ ਕਹਿੰਦੇ ਵੀ ਇਹਦੀ ਖੁੰਭ ਠੱਪਦੇ ਹੈ, ਵੀ ਜਿਵੇਂ ਬਸਤਰ ਨੂੰ ਠੱਪਣਾ, ਉਹਦੀ ਤਹਿ ਬੰਨ ਦੇਣੀ ਅਤੇ ਵਿੱਚੋਂ ਮੈਲ ਆਦਿਕ ਨੂੰ ਕੱਢਣ ਵਾਸਤੇ ਜਿਵੇਂ ਖੁੰਭ 'ਤੇ ਚਾੜਿਆ ਜਾਂਦਾ ਹੈ। ਲੋਹਾ ਵੱਡੇ ਦਰਜੀ ਪਾੜੇ, ਫਿਰ ਉਹ ਤਿਆਰ ਹੋਏ ਬਸਤਰ ਨੂੰ ਲੋਹਾ ਵੱਡੇ, ਲੋਹਾ ਵੱਢਦਾ ਭਾਵ ਲੋਹੇ ਦੀ ਕੈਂਚੀ ਦੇ ਨਾਲ ਵੱਢਿਆ ਕੱਟਿਆ ਜਾਂਦਾ ਇਹ ਦਰਜੀ ਪਾੜੇ, ਅਤੇ ਦਰਜੀ ਬਸਤਰ ਸੀਣ ਵਾਲਾ ਉਹਦੀਆਂ ਲੀਰਾਂ ਲੀਰਾਂ ਕਰਕੇ ਪਾੜੇ ਫਾੜ ਦਿੰਦਾ ਹੈ ਜਿਨ੍ਹਾਂ ਨੂੰ ਪਤਾ ਹੈ ਵੀ ਕੱਟਣਾ ਹੈ। ਸੂਈ ਧਾਗਾ ਸੀਵੈ, ਅਤੇ ਸੂਈ ਅਤੇ ਧਾਗਾ ਦੋਵੇਂ ਉਹਨੂੰ ਫਿਰ ਸਿਉਂਦੇ ਹਨ, ਜਿਹੜਾ ਪਾਟਾ ਹੋਇਆ ਕੱਪੜਾ ਜਿਵੇਂ ਇਵੇਂ ਜੁੜ ਜਾਂਦਾ ਏ। ਇਹੋ ਪਤ ਪਾਟੀ ਸਿਪਤੀ ਸੀਪੈ, ਜਿਵੇਂ ਕੱਟਿਆ ਹੋਇਆ ਬਸਤਰ ਸੂਈ ਧਾਗੇ ਨਾਲ ਜੁੜ ਜਾਂਦਾ ਹੈ ਨਾ ਤਿਆਰ ਕੀਤਾ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਉਂ ਪਤ ਪਾਟੀ, ਜਿਹੜੀ ਪਤ ਇੱਜ਼ਤ ਵਾਹਿਗੁਰੂ ਵੱਲੋਂ ਬੇਮੁੱਖ ਹੋਣ ਰੂਪੀ ਪਾਟ ਗਈ ਹੈ ਨਾ, ਭਾਵ ਜਿਹੜੀ ਇੱਜ਼ਤ ਗੁਆਚੀ ਹੋਈ ਹੈ, ਸਿਫਤੀ ਸੀਪੈ, ਉਹ ਵਾਹਿਗੁਰੂ ਦੀ ਸਿਫਤ ਕਰਦਿਆਂ ਹੋਇਆਂ ਸਵਾਸ ਸਵਾਸ ਨਾਮ ਜਪਦਿਆਂ ਹੋਇਆਂ ਸੀਪੇ ਸਿਉਂਤੀ ਜਾਂਦੀ, ਉਹ ਇੱਜ਼ਤ ਫਿਰ ਸਾਬਤ ਬਣ ਜਾਂਦੀ ਹੈ। ਨਾਨਕ ਜੀਵਤ ਜੀਵੈ, ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਫਿਰ ਜੀਵਨ ਮੁਕਤੀ ਨੂੰ ਪਾ ਕੇ ਜਿਉਂਦੇ ਹੀ ਰਹਿੰਦਾ ਹੈ ਜੀਵ,
ਫੇਰ ਨਹੀਂ ਮਰਦਾ ਕਦੀ ਵੀ, ਸਦਾ ਪਰਮੇਸ਼ਰ ਦੇ ਸਰੂਪ ਵਿੱਚ ਲੀਨ ਹੋ ਜਾਂਦਾ ਹੈ। ਹੋਏ ਪੁਰਾਣਾ ਕੱਪੜ ਪਾਟਾ, ਇੱਕ ਤਾਂ ਇਹ ਨਵਾਂ ਵਸਤਰ ਹੈ, ਦੂਸਰਾ ਜਿਵੇਂ ਪੁਰਾਣਾ ਕੱਪੜਾ ਘਸ ਜਾਵੇ। ਹੋਏ ਪੁਰਾਣਾ ਕੱਪੜ ਪਾਟਾ, ਜਦੋਂ ਕੱਪੜਾ ਵਸਤਰ ਪੁਰਾਣਾ ਹੋ ਕੇ ਤੇ ਫਟ ਜਾਂਦਾ ਏ। ਸੂਈ ਧਾਗਾ ਗੰਢਾ, ਸੂਈ ਧਾਗੇ ਨਾਲ ਉਹਨੂੰ ਵੀ ਗੰਢਦੇ ਨੇ, ਪਾਟੇ ਹੋਏ ਵਸਤਰ ਨੂੰ ਘਸੇ ਹੋਏ ਨੂੰ ਵੀ ਗੰਢ ਲਈਦਾ, ਤੋਪਾ ਲਾਈਦਾ ਏ। ਅਤੇ ਇਸ ਤਰ੍ਹਾਂ ਉਸ ਵਸਤਰ ਨੂੰ ਸੂਈ ਅਤੇ ਧਾਗਾ ਗੰਢੇ ਗੰਢ ਜੋੜ ਕੇ ਸਿਉਂ ਦਿੰਦੇ ਹਨ। ਫੇਰ ਮਾਹੋ ਪੱਖ ਕਿਹੋ ਚੱਲੇ ਨਾਹੀ, ਪਰ ਜਿਹੜਾ ਪਹਿਲਾਂ ਘਸਿਆ ਹੀ ਵਸਤਰ ਹੈ ਉਹ ਭਾਵੇਂ ਗੰਢ ਲਾ ਵੀ ਦਈਏ, ਮਾਹੋ ਹੁੰਦਾ ਹੈ ਮਹੀਨਾ, ਉਹ ਪੁਰਾਣਾ ਵਸਤਰ ਮਾਹੋ ਮਹੀਨਾ ਕੁ, ਜਾਂ ਪੱਖ ਕਿਹਨੂੰ ਕਹਿੰਦੇ ਨੇ, 15 ਦਿਨ, ਜਿਵੇਂ ਹਨੇਰੇ ਦਾ ਚਾਨਣੀ ਦਾ ਪੱਖ, ਇਵੇਂ ਪੱਖ ਮਾਹੋ ਮਹੀਨਾ ਜਾਂ ਪੱਖ 15 ਦਿਨ ਕਿਹੋ ਚੱਲੇ ਨਾਹੀ। ਇਵੇਂ ਕਹਿੰਦੇ ਵੀ ਮਹੀਨਾ 15 ਦਿਨ ਕਿਹੋ ਕੁਝ ਵੀ ਸਮਾਂ ਉਹ ਚੱਲਦਾ ਨਹੀਂ, ਕੋਈ ਬਹੁਤਾ ਨਹੀਂ ਹੰਢਦਾ ਪੁਰਾਣਾ ਜਿਹੜਾ ਪਹਿਲਾਂ ਹੈ। ਪੁਰਾਣੇ ਕੱਪੜੇ ਨੂੰ ਸਿਉਂ ਵੀ ਦਈਏ ਤੇ ਸਮਾਂ ਨਹੀਂ ਕੱਢਦਾ ਬਹੁਤਾ। ਘੜੀ ਮੋਹਤ ਕਿਛ ਹੰਡਾ, ਕੇਵਲ 2 ਘੜੀਆਂ ਜਾਂ ਮੋਹਤ ਅੱਧੀ ਘੜੀ ਤੱਕ ਹੀ ਕੁਝ ਹੰਡੇ ਹੰਢਦਾ ਭਾਵ ਹੈ ਕਿ ਵੀ ਜਿਹੜਾ ਕਾਸ਼ੀ ਗਿਆ ਉਹ ਪਾੜ ਨੂੰ ਰਹਿੰਦਾ ਨਹੀਂ ਹੈ। ਇਵੇਂ ਮਾੜਾ ਜੀਵਨ ਜਿਹੜਾ ਹੈ ਨਾ, ਉਹ ਸਾਧ ਸੰਗਤ ਗੰਢਣ ਨਾਲ ਬਹੁਤਾ ਚਿਰ ਵਾਹਿਗੁਰੂ ਨਾਲ ਜੁੜਿਆ ਨਹੀਂ ਰਹਿੰਦਾ, ਜਿਹੜਾ ਬੰਦਾ ਵਕਾਰ ਨਾ ਛੱਡੇ। ਸੱਚ ਪੁਰਾਣਾ ਹੋਵੇ ਨਾਹੀ, ਪਰ ਜਿਹੜਾ ਸੱਚਾ ਨਾਮ ਰੂਪੀ ਵਸਤਰ ਹੈ ਉਹ ਕਦੀ ਵੀ ਸਾਧ ਸੰਗਤ ਪੁਰਾਣਾ ਨਹੀਂ ਹੁੰਦਾ। ਜਿਹੜਾ ਸੱਚ ਨਾਮ ਜਪਦਾ ਏ, ਉਹਦਾ ਨਾਮ ਜਪਣੇ ਕਰਕੇ ਕਦੀ ਉਹ ਘਸਦਾ ਨਹੀਂ ਹੈ ਵਸਤਰ, ਕਦੀ ਪੁਰਾਣਾ ਨਹੀਂ ਹੁੰਦਾ। ਸੱਚ ਪੁਰਾਣਾ ਹੋਵੇ ਨਾਹੀ, ਇਸ ਕਰਕੇ ਉਸ ਵਾਹਿਗੁਰੂ ਨਾਲ ਚਿੱਤ ਨੂੰ ਗੰਢਣਾ ਕਰੇ। ਸੀਤਾ ਕਦੇ, ਸੱਚ ਨਾਮ ਰੂਪੀ ਵਸਤਰ ਨਹੀਂ ਪੁਰਾਣਾ ਹੁੰਦਾ। ਸੀਤਾ ਕਦੇ ਨਾ ਪਾਟੈ, ਕਿਉਂਕਿ ਜਿਸ ਨੇ ਇੱਕ ਵਾਰ ਨਾਮ ਦੇ ਨਾਲ ਆਪਣਾ ਮਨ ਸੀਤਾ ਸਿਉਂ ਲਿਆ, ਉਹ ਫਿਰ ਕਦੇ ਵੀ ਪਾਟੇ ਪਾੜਦਾ ਨਹੀਂ ਹੈ, ਵਿਛੜਦਾ ਨਹੀਂ ਵਾਹਿਗੁਰੂ ਦੇ ਨਾਲੋਂ। ਨਾਨਕ ਸਾਹਿਬ ਸੱਚੋ ਸੱਚਾ, ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਉਹ ਸਾਹਿਬ ਪਰਮੇਸ਼ਰ ਸੱਚੋ ਸੱਚਾ, ਸੱਚੋ ਨੀਚੇ ਕਰਕੇ ਸਦਾ ਹੀ ਸੱਚਾ ਹੈ। ਤਿੰਚਰ ਜਾਪੀ ਜਾਪੈ, ਜਿੰਨਾ ਚਿਰ ਸਵਾਹ ਚੱਲਦੇ ਨੇ ਉਸ ਉਹਨਾਂ ਚਿਰ ਹੀ ਕਹਿੰਦੇ ਜਾਪੀ ਜਪਣੇ ਵਾਲਾ ਹੋ ਕੇ, ਸਿਮਰਨ ਕਰਨ ਵਾਲਾ ਹੋ ਕੇ, ਉਹਦੇ ਨਾਮ ਨੂੰ ਜਾਪੇ ਜਪਣਾ ਕਰੇ ਤਾਂ ਮੁਕਤੀ ਦੀ ਪ੍ਰਾਪਤ ਹੁੰਦੀ। ਜਾਂ ਜਾਪੀ ਜਾਪੈ, ਜਾਪੀ ਜਾਪ ਕਰਨ ਦੇ ਨਾਲ ਹੀ ਉਹ ਪਰਮੇਸ਼ਰ ਜਾਪੇ ਜਾਣਿਆ ਜਾਂਦਾ ਹੈ। ਇਹ ਬਾਹਰੀ ਭਾਵ ਹੈ, ਅੰਤਰੀ ਭਾਵ ਦੇ ਵਿੱਚ ਫਿਰ ਸਾਰਾ ਪ੍ਰਕਰਨ ਪੜ੍ਹ ਦਿਓ। ਸਲੋਕ ਮਹੱਲਾ ਪਹਿਲਾ, ਵੇਲ ਪਿੰਜਾਇਆ ਕਤ ਬੁਣਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਵੇਲ ਪਿੰਜਾਇਆ, ਜਿਹਨੇ ਦਇਆ ਰੂਪੀ ਕਪਾਹ ਹੈ ਨਾ, ਦਇਆ ਕਪਾਹ ਹੈ, ਜਿਵੇਂ ਗੁਰੂ ਨਾਨਕ ਸਾਹਿਬ ਦੇ ਬਚਨ ਹੈ ਜਿਹਦੇ ਨਾਲ ਸਤਿਗੁਰਾਂ ਕਿਹਾ ਸੀ ਵੀ ਜਨੇਊ ਵੱਟ ਕੇ ਅਤੇ ਫਿਰ ਪਾ ਦੇ, ਦਇਆ ਰੂਪੀ ਕਪਾਹ ਬਣਾ ਕੇ ਆਪਣੇ ਅੰਦਰ। ਅਤੇ ਜਿਹਨੇ ਵੈਰਾਗ ਧਾਰ ਲਿਆ ਦੁਨੀਆਂ ਵੱਲੋਂ, ਵੈਰਾਗ ਮਾਨੋ ਵੀ ਵੇਲ ਵੇਲਣਾ ਹੈ, ਅਤੇ ਇਹ ਦਇਆ ਰੂਪੀ ਕਪਾਹ ਨੂੰ ਵੈਰਾਗ ਰੂਪੀ ਵੇਲਣੇ ਦੇ ਵਿੱਚੋਂ ਦੀ ਕੱਢ ਕੇ ਜਿਹਨੇ ਵੇਲਣਾ ਕੀਤਾ ਹੈ, ਭਾਵ ਹਿਰਦੇ ਦੇ ਅੰਦਰ ਜਿਹਨੇ ਵਿਵੇਕ ਧਾਰਨ ਕੀਤਾ, ਇਹ ਫਿਰ ਪਿੰਜਾਇਆ। ਅਤੇ ਵਿਵੇਕ ਬੁੱਧੀ ਕੀ ਹੈ ਵੀ ਸੱਤ ਅਤੇ ਅਸੱਤ ਦਾ ਨਿਸ਼ਚਾ ਰੱਖਣਾ, ਵੀ ਸੱਚ ਕੀ ਹੈ ਝੂਠ ਕੀ ਹੈ, ਦੁੱਧ ਪਾਣੀ ਨੂੰ ਤੈਰਨ ਵਾਲੀ ਜਿਹੜੀ ਮੱਤ ਹੈ ਇਹਨੂੰ ਫਿਰ ਅੱਗੇ ਪਿੰਜਾਇਆ, ਪਿੰਜਣਾ ਕੀਤਾ ਹੈ ਰੂਹ ਨੂੰ ਕੱਤ ਬਣਾਇਆ। ਅਤੇ ਫਿਰ ਸਾਧ ਸੰਗਤ ਜਿਹੜੇ ਅੰਦਰ ਸ਼ੁਭ ਗੁਣ ਪੈਦਾ ਹੋਏ ਨੇ ਨਾ, ਇਹ ਪੂਣੀਆਂ ਬਣਾ ਕੇ ਅਤੇ ਫਿਰ ਗਿਆਨ ਰੂਪੀ ਚਰਖੇ ਦੇ ਨਾਲ ਮੋਹ ਆਦਿਕ ਦਾ ਤਿਆਗ ਕੀਤਾ ਹੈ ਜਿਹੜਾ,
ਇਸੇ ਨੂੰ ਗਿਆਨ ਰੂਪੀ ਚਰਖੇ ਦੇ ਨਾਲ ਭਗਤੀ ਦੀ ਮਾਲ ਪਾ ਕੇ, ਮਾਲ ਪਾਈ ਹੁੰਦੀ ਨਾ ਉੱਪਰ ਵੱਟ ਕੇ ਰੱਸੀ ਚਰਖੇ ਦੇ, ਜਿਹਦੇ ਨਾਲ ਚਰਖਾ ਘੁੰਮਦਾ, ਇਹ ਗਿਆਨ ਰੂਪੀ ਚਰਖਾ ਹੈ ਅਤੇ ਉਹਦੇ ਉੱਪਰ ਡੋਰ ਕਿਹੜੀ ਹੈ ਜੋ ਭਗਤੀ ਕਰਨੀ ਹੈ, ਇਹ ਭਗਤੀ ਕਰਨ ਰੂਪੀ ਡੋਰ ਪਾ ਕੇ ਸਾਧ ਸੰਗਤ ਕੱਤਣਾ ਕੀਤਾ ਹੈ, ਇਸ ਤਰ੍ਹਾਂ ਵਸਤਰ ਬਣਾਇਆ, ਜਿਹੜਾ ਮੋਖ ਮੁਕਤੀ ਦੀ ਇੱਛਾ ਰੂਪੀ ਵਸਤਰ ਤਿਆਰ ਹੋ ਜਾਂਦਾ ਹੈ, ਜਿਹਨੇ ਇਸ ਤਰ੍ਹਾਂ ਦਇਆ ਦੀ ਕਪਾਹ ਨੂੰ ਵੈਰਾਗ ਦੇ ਸਾਧ ਸੰਗਤ ਵੇਲਣੇ ਵਿੱਚ ਵੇਲ ਕੇ ਅਤੇ ਹਿਰਦੇ 'ਚ ਵਿਵੇਕ ਧਾਰਨ ਰੂਪੀ ਪਿੰਜਣਾ ਕੀਤਾ ਹੈ, ਗਿਆਨ ਰੂਪੀ ਚਰਖਾ ਏ ਭਗਤੀ ਦੀ ਮਾਲ ਪਾ ਕੇ ਅਤੇ ਜਿਹਨੇ ਮੁਕਤੀ ਦੀ ਇੱਛਾ ਰੂਪੀ ਕੱਪੜਾ ਬਣਾਇਆ ਤਿਆਰ ਕੀਤਾ ਹੈ। ਕੱਟ ਕੁੱਟ ਕਰ ਖੁੰਬ ਚੜਾਇਆ, ਤੇ ਕੱਟ ਕੁੱਟ ਕਰ ਖੁੰਬ ਚੜਾਇਆ। ਕੱਟ ਕੁੱਟ ਕਰ ਕੀ ਹੈ ਵੀ ਜਿਹੜਾ ਸੰਸਾ ਹੈ ਨਾ ਜੀਵ ਦੇ ਅੰਦਰ, ਇਹ ਕੱਟਣਾ ਮੇਟਣਾ ਕਰੇ, ਤੇ ਕੁੱਟ ਕਰ ਤੇ ਫਿਰ ਗੁਰਾਂ ਦੇ ਉਪਦੇਸ਼ ਦੁਆਰਾ ਮਹਾਰਾਜ ਜੀ ਕਹਿੰਦੇ ਵੀ ਜੋ ਗੁਰਾਂ ਦਾ ਉਪਦੇਸ਼ ਮੰਨਣਾ ਹੈ ਇਹਦੇ ਨਾਲ ਪਰਮੇਗਤ ਸੰਸੇ ਨੂੰ ਕੁੱਟ ਕੁੱਟਣਾ ਮੇਟਣਾ ਕਰੇ। ਪਰਮੇਗਤ ਸੰਸਾ ਕੀ ਹੈ ਵੀ ਜਿਹੜਾ ਵੀ ਮੈਂ ਬ੍ਰਹਮ ਹਾਂ ਜਾਂ ਕੋਈ ਅੰਨ ਹੋਰ ਚੀਜ਼ ਹਾਂ, ਜਿਹੜਾ ਇਹ ਸੰਸਾ ਰਹਿਣਾ ਨਾ ਵੀ ਮੈਂ ਬ੍ਰਹਮ ਹਾਂ ਜਾਂ ਕੁਝ ਹੋਰ ਹਾਂ, ਮੈਂ ਪਰਮੇਸ਼ਰ ਵਿੱਚੋਂ ਆਇਆ ਜਾਂ ਰੱਬ ਦੀ ਜੋਤ ਹਾਂ ਜਾਂ ਕੋਈ ਵੱਖਰੀ ਚੀਜ਼ ਹਾਂ, ਇਹ ਜਿਹੜਾ ਭਰਮ ਹੈ ਗੁਰਾਂ ਦੇ ਉਪਦੇਸ਼ ਦੁਆਰਾ ਇਹਨੂੰ ਕੱਟਣਾ ਕਰੇ ਅਤੇ ਕੱਟ ਕੇ ਖੁੰਬ ਚੜਾਇਆ। ਅਤੇ ਫਿਰ ਸਾਧ ਸੰਗਤ ਜਿਵੇਂ ਖੁੰਬ 'ਤੇ ਚੜ੍ਹਾ ਕੇ ਵਸਤਰ ਨਿਰਮਲ ਕਰਦੇ ਨੇ, ਇਸੇ ਤਰ੍ਹਾਂ ਆਪਣੇ ਅੰਦਰ ਦੀ ਮੈਲ ਨੂੰ ਦੂਰ ਕਰੇ। ਲੋਹਾ ਵੱਡੇ ਦਰਜੀ ਪਾੜੇ, ਜੋ ਵਿਚਾਰ ਰੱਖਣੀ ਹੈ ਮਹਾਰਾਜ ਸਾਹਿਬ ਜੀ ਦੀ ਬਾਣੀ ਨੂੰ ਸੁਣ ਕੇ, ਇਹ ਲੋਹੇ ਦੀ ਕੈਂਚੀ ਹੈ ਅਤੇ ਇਹਦੇ ਨਾਲ ਲੋਭ ਰੂਪੀ ਜੋ ਵਸਤਰ ਹੈ ਉਹਨੂੰ ਵੱਢਣਾ ਕਰੇ, ਭਾਵ ਕਿ ਆਪਣੇ ਅੰਦਰੋਂ ਵਿਚਾਰ ਦੀ ਕੈਂਚੀ ਨਾਲ ਲੋਭ ਨੂੰ ਦੂਰ ਕਰੇ। ਦਰਜੀ ਪਾੜੇ, ਅਤੇ ਫਿਰ ਸਾਧ ਸੰਗਤ ਦਰਜੀ ਤੋਂ ਭਾਵ ਦਰ ਅੰਦਰ ਜੀ ਜੀਵਤ ਭਾਵ ਹੈ ਨਾ ਜਿਹੜਾ ਸਾਡੇ ਅੰਦਰ ਵੀ ਮੈਂ ਕੁਝ ਹਾਂ ਹੰਕਾਰ ਹੈ, ਇਹਨੂੰ ਮਹਾਰਾਜ ਕਹਿੰਦੇ ਜੀਵਤ ਭਾਵ ਨੂੰ ਪਾੜੇ, ਪਾੜ ਨਾ ਕਰੇ ਗੁਰਾਂ ਦੇ ਉਪਦੇਸ਼ ਦੁਆਰਾ, ਭਾਵ ਜੀਵ ਇਸ ਦੀ ਏਕਤਾ ਦਾ ਫਰਕ ਦੂਰ ਕਰੇ। ਸੂਈ ਧਾਗਾ ਸੀਵੈ, ਅਤੇ ਸੂਈ ਧਾਗਾ ਸੀਵੈ। ਸੂਈ ਧਾਗਾ ਕੀ ਹੈ? ਜੋ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਗੁਰਾਂ ਦੇ ਉਪਦੇਸ਼ ਦੁਆਰਾ ਵਿਚਾਰ ਕਰਨੀ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਵਿਚਾਰ ਰੂਪੀ ਧਾਗੇ ਦੇ ਨਾਲ ਸਾਧ ਸੰਗਤ ਇਹਨੂੰ ਸੀਵਣਾ ਕਰੇ, ਭਾਵ ਵਾਹਿਗੁਰੂ ਵਿੱਚ ਏਕਤਾ ਕਰੇ, ਬਿਰਤੀ ਰੱਬ ਨਾਲ ਜੋੜਨਾ ਕਰੇ। ਬ੍ਰਹਮਾਕਾਰ ਕਰਨ ਰੂਪੀ ਬਿਰਤੀ ਰੂਪੀ ਸੂਈ ਹੈ ਅਤੇ ਗੁਰੂ ਦੇ ਬਚਨ ਦੀ ਵਿਚਾਰ ਕਰਨਾ ਇਹ ਧਾਗਾ ਹੈ। ਬਿਰਤੀ ਪਰਮੇਸ਼ਰ 'ਚ ਜੋੜੇ ਅਤੇ ਗੁਰੂ ਉਪਦੇਸ਼ ਦੀ ਵਿਚਾਰ ਕਰੇ, ਸੂਈ ਧਾਗੇ ਦੇ ਨਾਲ ਆਪਣੇ ਆਪ ਨੂੰ ਵਾਹਿਗੁਰੂ 'ਚ ਜੋੜਨ ਰੂਪੀ ਸਿਉਣਾ ਕਰੇ। ਉਹ ਪਤ ਪਾਟੀ ਸਿਪਤੀ ਸੀ ਪੈ, ਇਸ ਪ੍ਰਕਾਰ ਜਿਹੜੀ ਇੱਜ਼ਤ ਪਰਮੇਸ਼ਰ ਨਾਲੋਂ ਸਾਧ ਸੰਗਤ ਅਲਪਗਤਾ ਪੁਣੇ ਕਰਕੇ, ਮੂਰਖ ਪੁਣੇ ਕਰਕੇ ਵਾਹਿਗੁਰੂ ਦੀ ਸਿਫਤ ਸਲਾਹ ਵੱਲੋਂ ਪਤ ਪਾੜ ਗਈ, ਭਾਵ ਕਿ ਬੇਮੁੱਖ ਹੋ ਗਈ ਸੀ, ਸਿਫਤੀ ਸੀ ਪੈ, ਸਵਾਸ ਸਵਾਸ ਸਿਮਰਨ ਕਰਕੇ ਸਿਉਣਾ ਕਰੇ। ਨਾਨਕ ਜੀਵਿਤ ਜੀਵੈ, ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਦਾ ਹੀ ਜੀਵਨ ਮੁਕਤੀ ਨੂੰ ਪਾ ਕੇ ਜਿਉਣਾ ਕਰਦਾ ਹੈ, ਬ੍ਰਹਮ ਵਿੱਚ ਹੀ ਏਕਤਾ ਹੋ ਜਾਂਦੀ ਹੈ। ਹੋਏ ਪੁਰਾਣਾ ਕੱਪੜ ਪਾਟ, ਇਹਦੇ ਅਰਥ ਉਹੀ ਹੈ ਵੀ ਜਿਵੇਂ ਪੁਰਾਣਾ ਕੱਪੜਾ ਹੋ ਕੇ ਪਾੜ ਜਾਂਦਾ ਏ, ਸੂਈ ਧਾਗਾ ਤੇ ਸੂਈ ਧਾਗੇ ਨਾਲ ਉਹਨੂੰ ਗੰਢ ਦਈਦਾ ਹੈ। ਬਾਹੂ ਪੱਖ ਕਿਹੋ ਚੱਲੇ,
ਚੱਲਦਾ ਨਾ ਮਹੀਨਾ ਜਾਂ 15 ਦਿਨ ਉਹ ਮਹਾ ਵਸਤਰ ਚੱਲਦਾ ਹੈ ਪਾਟਾ ਹੋਇਆ ਘੜੀ ਮੋਹਤ ਕਿਛ ਹੰਡਾ ਹੈ ਘੜੀ ਜਾਂ ਮੋਹਤ ਦੋ ਘੜੀਆਂ ਭਾਵ ਥੋੜਾ ਹੀ ਸਮਾਂ ਹੰਡਦੇ ਨੇ ਜਿਹੜੇ ਵਸਤਰ ਘਾਸੀ ਜਾਣ ਉਹ ਸੀਤਿਆਂ ਵੀ ਕਾਮਯਾਬ ਨਹੀਂ ਹੁੰਦੇ ਸੱਚ ਪੁਰਾਣਾ ਹੋਵੇ ਨਾ ਇਸ ਕਰਕੇ ਸੱਚ ਰੂਪੀ ਕੱਪੜਾ ਪਹਿਨੇ ਇੱਥੇ ਪੁਰਾਣੇ ਵਸਤਰ ਤੋਂ ਭਾਵ ਜੋ ਵਿਕਾਰ ਵਿਸ਼ੇ ਵਿਕਾਰ ਹੈ ਇਹ ਪੁਰਾਣਾ ਕੱਪੜੀ ਹੈ ਵੀ ਜਿਹੜਾ ਵਿਕਾਰਾਂ ਦੇ ਸਹਿਤ ਜਪ ਤਪ ਕਰਨਾ ਇਹ ਮਾਨੋ ਵੀ ਉਹਨੂੰ ਟੰਕਾ ਲਾਉਣਾ ਹੈ ਸਿਉਣਾ ਹੈ ਅਤੇ ਜਿੰਨਾ ਚਿਰ ਵਾਸ਼ਨਾਵਾਂ ਵੀ ਹੋਣ ਅਤੇ ਪਰਮੇਸ਼ੁਰ ਨਾਲ ਮਿਲਣ ਦੀ ਵਿਸ਼ਾ ਵੀ ਹੋਵੇ ਇਹ ਦੋਵੇਂ ਗੱਲਾਂ ਨਹੀਂ ਕਾਮਯਾਬ ਇਹ ਬਹੁਤਾ ਸਮਾਂ ਨਹੀਂ ਕੋਈ ਹੰਡੂਗਾ ਵਿਕਾਰੀ ਪੁਰਖ ਦਾ ਜੀਵਨ ਇਸ ਕਰਕੇ ਸੱਚ ਨਾਲ ਜੁੜੇ ਕਿਉਂਕਿ ਸੱਚਾ ਪਰਮੇਸ਼ੁਰ ਅਤੇ ਉਹਦੇ ਨਾਮ ਨੂੰ ਜਪਣ ਵਾਲਾ ਕਦੀ ਪੁਰਾਣਾ ਨਹੀਂ ਹੁੰਦਾ ਸਦਾ ਸੱਚਾ ਵਾਹਿਗੁਰੂ ਵੀ ਪੁਰਾਣਾ ਨਹੀਂ ਹੁੰਦਾ ਵੀ ਇੱਕ ਰਸ ਰਹਿੰਦਾ ਹੈ ਸੀਤਾ ਕਦੇ ਨਾ ਪਾਟੈ ਤੇ ਜਿਹਨੇ ਇੱਕ ਵਾਰ ਉਹਦੇ ਵਿੱਚ ਆਪਣੀ ਬਿਰਤੀ ਨੂੰ ਸਿਉਂ ਲਿਆ ਗੁਰਾਂ ਦੇ ਸ਼ਬਦ ਦੁਆਰਾ ਉਹ ਫਿਰ ਪਾੜਦਾ ਨਹੀਂ ਭਾਵ ਕਿ ਜੂਨਾ ਵਿੱਚ ਨਹੀਂ ਪੈਂਦਾ ਨਾਨਕ ਸਾਹਿਬ ਸੱਚੋ ਸੱਚਾ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਸੱਚੋ ਨਿਸ਼ਚੇ ਕਰਕੇ ਜੋ ਸੱਚਾ ਮਾਲਕ ਸਾਹਿਬ ਪਰਮੇਸ਼ੁਰ ਹੈ ਤੇ ਉਹਦਾ ਨਾਮ ਹੈ ਤਿੰਚਰ ਜਾਪੀ ਜਾਪ ਜਿੰਨਾ ਚਿਰ ਸਰੀਰ 'ਚ ਸਾਹ ਚੱਲਦੇ ਨੇ ਉਸਦੇ ਨਾਮ ਦੇ ਜਾਪ ਨੂੰ ਜਪੀ ਜਾਓ ਭਾਵ ਸਿਮਰਨੀ ਕਰੀ ਜਾਓ ਐਵੇਂ ਜੀਵ ਇਸ ਦੀ ਏਕਤਾ ਹੋਵੇਗੀ ਮਹਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਸਾਧ ਸੰਗਤ ਦੂਜਾ ਦਿਸ਼ਟਾਂਤ ਦੇ ਕੇ ਸਮਝਾਉਂਦੇ ਜਦ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਪਾਕ ਪਟਨ ਦੇ ਵਿੱਚ ਗਏ ਸਨ ਅਤੇ ਮਹਾਰਾਜ ਦਾ ਆਉਣਾ ਸੁਣ ਕੇ ਜੋ ਬਾਬਾ ਸ਼ੇਖ ਫਰੀਦ ਦੀ ਗੱਦੀ ਅਤੇ ਬਾਬਾ ਸ਼ੇਖ ਬ੍ਰਹਮ ਸੀ ਉਹਨੇ ਬੱਕਰਾ ਮਾਰ ਕੇ ਕੋਹ ਕੇ ਅਤੇ ਮਹਾਰਾਜ ਦੇ ਕੋਲ ਲਿਆ ਕੇ ਰੱਖਿਆ ਗੁਰੂ ਨਾਨਕ ਦੇਵ ਸਾਹਿਬ ਕੋਲ ਅਤੇ ਕਹਿਣ ਲੱਗਾ ਮਹਾਰਾਜ ਇਹ ਬੱਕਰਾ ਮੈਂ ਹਲਾਲ ਕੀਤਾ ਹੈ ਅਤੇ ਇਹ ਤੁਸੀਂ ਖਾ ਲਓ ਅਤੇ ਇੱਕ ਹਰਾਮ ਹੁੰਦਾ ਜਿਹੜਾ ਇਸਲਾਮ 'ਚ ਮਨਾ ਇਹਦੇ ਹਲਾਲ ਉਹ ਜਿਹੜਾ ਕਲਮਾ ਪੜ੍ਹ ਕੇ ਛੁਰੀ ਚਲਾਉਂਦੇ ਸਹੀਜੇ ਸਾਹ ਰਾਗ ਜਿਵੇਂ ਤੜਫ ਤੜਫ ਜਾਨ ਨਿਕਲਦੀ ਅਤੇ ਕਲਮਾ ਪੜ੍ਹਦੇ ਉਹ ਕਹਿੰਦੇ ਵੀ ਹਲਾਲ ਹੋ ਗਿਆ ਹੁਣ ਇਹ ਪਵਿੱਤਰ ਹੋ ਗਿਆ ਤਾਂ ਕਹਿੰਦਾ ਮਹਾਰਾਜ ਇਹ ਤੁਸੀਂ ਖਾ ਲਓ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸ਼ੇਖ ਬ੍ਰਹਮ ਅਸੀਂ ਇਹ ਜੀਭਾ ਦੇ ਰਸ ਵਾਲਾ ਮਾਸ ਖਾਣ ਵਾਲੇ ਫਕੀਰ ਸਾਧ ਨਹੀਂ ਹਾਂ ਅਸੀਂ ਤਾਂ ਆਪਣਾ ਜਿਹੜਾ ਮਨ ਹੈ ਨਾ ਇਹ ਇਹਨੂੰ ਹੀ ਬੱਕਰਾ ਬਣਾ ਕੇ ਮਨ ਰੂਪੀ ਬੱਕਰੇ ਨੂੰ ਚੁੱਕ ਲੈਣਾ ਕਰ ਤੂੰ ਵੀ ਇਵੇਂ ਕਰ ਅਸੀਂ ਤਾਂ ਮਨ ਰੂਪੀ ਬੱਕਰੇ ਨੂੰ ਮਾਰਨ ਵਾਲੇ ਇਹ ਬੱਕਰਾ ਜਿਹੜਾ ਸਾਹਮਣੇ ਰੱਖਿਆ ਇਹ ਨਹੀਂ ਅਸੀਂ ਖਾਣਾ ਅਤੇ ਮਨ ਰੂਪੀ ਬੱਕਰੇ ਨੂੰ ਮਾਰਨ ਵਾਲੇ ਹਾਂ ਜੇ ਮਾਰਨਾ ਹੀ ਹੈ ਤਾਂ ਅਤੇ ਇਹ ਸੁਣ ਕੇ ਸ਼ੇਖ ਬ੍ਰਹਮ ਕਹਿਣ ਲੱਗਾ ਮਹਾਰਾਜ ਕਿਰਪਾ ਕਰਕੇ ਮਹਾਰਾਜ ਉਪਦੇਸ਼ ਦਿਓ ਵੀ ਇਹ ਮਨ ਰੂਪੀ ਬੱਕਰਾ ਕਿਵੇਂ ਮਾਰਿਆ ਜਾਂਦਾ ਹੈ ਜੀਵਨ ਕਿਵੇਂ ਸ਼ੁੱਧ ਹੋਵੇ ਤਾਂ ਉਹਨੂੰ ਗੁਰੂ ਨਾਨਕ ਦੇਵ ਸਾਹਿਬ ਸ਼ੇਖ ਬ੍ਰਹਮ ਨੂੰ ਉਪਦੇਸ਼ ਦਿੱਤਾ ਹੁਣ ਸਾਨੂੰ ਸਾਰਿਆਂ ਨੂੰ ਇਹ ਉਪਦੇਸ਼ ਹੈ ਮਹਾਰਾਜ ਸਾਹਿਬ ਦਾ ਇਸ਼ਾਰਾ ਹੀ ਹੈ ਵੀ ਇਹ ਜ਼ਬਾਨ ਦੇ ਰਸ ਵਾਸਤੇ ਮਾਸ ਆਦਿਕ ਇਹ ਸੇਵਨ ਨਹੀਂ ਅਸੀਂ ਕਰਦੇ ਕਹਿੰਦੇ ਜੇ ਮਾਰਨਾ ਹੀ ਪਵੇ ਤਾਂ ਬੱਕਰਾ ਕਿਹੜਾ ਮਾਰਦੇ ਜਿਹੜਾ ਮਨ ਨੂੰ ਘੜਨਾ ਹੈ ਚੰਗੇ ਜੀਵਨ ਦੀ ਘਾੜਤ ਵਿੱਚ ਇਹ ਬੱਕਰਾ ਕਿਵੇਂ ਮਾਰੀਦਾ ਹੈ ਇਹ ਮਹਾਰਾਜ ਸਾਹਿਬ ਕਹਿੰਦੇ ਸੁਣਨਾ ਕਰ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਵੀ ਜਿਵੇਂ ਬੱਕਰੇ ਨੂੰ ਤੁਸੀਂ ਮਾਰਨ ਲਈ ਛੁਰੀ ਬਣਾਉਂਦੇ ਹੋ ਇਸੇ ਤਰ੍ਹਾਂ ਸੱਚ ਕੀ ਕਾਤੀ ਕਾਤੀ ਨਾਮ ਹੈ ਸਾਧ ਸੰਗਤ ਜੀ ਛੁਰੀ ਦਾ ਕਹਿੰਦੇ ਵੀ ਜੋ ਸੱਚਾ ਹੈ ਪਰਮੇਸ਼ੁਰ ਸਭ ਸੱਚ ਸਭ ਸਾਰ ਜੋ ਸੱਚ ਸੱਚ ਪਰਮੇਸ਼ੁਰ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ ਪਰਮੇਸ਼ੁਰ ਉਸ ਸੱਚੇ ਪਰਮੇਸ਼ੁਰ ਦੇ ਵਿੱਚ ਜਿਹੜਾ ਆਪਣਾ ਚਿੱਤ ਜੋੜਨਾ ਹੈ ਚਿੱਤ ਦੀ ਬਿਰਤੀ ਨੂੰ ਜੋੜਨਾ ਹੈ ਇਹ ਸੱਚ ਕੀ ਕਾਤੀ ਹੈ ਸੱਚ ਵਿੱਚ ਬਿਰਤੀ ਜੋੜਨ ਰੂਪੀ ਇਹ ਕਾਤੀ ਛੁਰੀ ਹੈ ਅਤੇ ਕਹਿੰਦੇ ਵੀ ਇਹ ਸੱਚ ਨਾਮ ਰੂਪੀ ਛੁਰੀ ਹੋਵੇ ਜਾਂ ਸਾਰ ਨਾਮ ਲੋਹੇ ਦਾ ਵੀ ਹੈ ਜਿਵੇਂ ਸਭ ਸਾਰ
ਵੀ ਜਿਹੜਾ ਸੱਚ ਦੀ ਕਾਤੀ ਸ਼ੁਰੀ ਇਹੀ ਹੈ, ਜਿਹੜਾ ਸੱਚ ਨਾਮ ਹੈ ਪਰਮੇਸ਼ਰ ਦਾ, ਇਹੀ ਸਭ ਸਾਰ ਸਾਰਾ ਲੋਹਾ ਲੱਗਾ ਹੋਇਆ ਹੈ ਸੂਰੀ ਦੇ ਅੰਦਰ। ਘਾੜਤ ਤਿਸਕੀ ਅਪਰ ਅਪਾਰ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਘਾੜਤ ਤਿਸਕੀ ਅਪਰ ਅਪਾਰ, ਉਸ ਸੂਰੀ ਦੀ ਜਿਹੜੀ ਸਫਾਈ ਰੂਪੀ ਘਾੜਤ ਹੈ ਨਾ, ਇਹ ਅਪਰ ਅਪਾਰ ਬੇਅੰਤ ਤੋਂ ਬੇਅੰਤ ਪਰੇ ਤੋਂ ਪਰੇ ਹੈ। ਜਿਵੇਂ ਜੇ ਸ਼ਸਤਰ ਹੁੰਦਾ ਤਾਂ ਹੈ ਕਈ ਪ੍ਰਕਾਰ ਦਾ, ਪਰ ਸੂਰੀਆਂ ਵੀ ਸਾਰੀਆਂ ਤਿੱਖੀਆਂ ਨਹੀਂ ਹੁੰਦੀਆਂ, ਸਾਰੇ ਫਲਾਦ ਦੇ ਨਹੀਂ ਬਣੇ ਹੁੰਦੇ। ਅਤੇ ਮਹਾਰਾਜ ਕਹਿੰਦੇ ਵੀ ਇਹ ਜੋ ਸੱਚ ਵਿੱਚ ਬਿਰਤੀ ਜੋੜ ਰੂਪੀ ਸ਼ੁਰੀ ਹੈ, ਜਿਹੜਾ ਪਰਮੇਸ਼ੁਰ ਸਾਰਿਆਂ ਦੀ ਸੰਭਾਲ ਕਰਦਾ, ਇਹ ਸ਼ੁਰੀ ਬੜੀ ਤਿੱਖੀ ਹੈ, ਇਹਦੀ ਜਿਹੜੀ ਬਣਾਵਟ ਬਣੀ ਹੈ, ਇਹਦੀ ਜਿਹੜੀ ਘਾਲਤ ਹੈ, ਇਹ ਬੇਅੰਤ ਹੈ ਪਰੇ ਤੋਂ ਪਰੇ ਭਾਵ, ਬੜੀ ਸੋਹਣੀ ਹੈ। ਇਹੋ ਜਿਹਾ ਸ਼ਸਤਰ ਨਹੀਂ ਕਿਤੇ ਮਿਲ ਸਕਦਾ। ਸਭ ਦੇ ਸਾੜ ਰਖਾਈ ਲਾਏ, ਸ਼ੁਰੀ ਨੂੰ ਤਿੱਖਿਆ ਕਰੀਦਾ ਸਾਣ 'ਤੇ ਲਾ ਕੇ। ਇੱਕ ਪੱਥਰ ਹੁੰਦਾ ਇਹ, ਸਾਧ ਸੰਗਤ ਕੈਂਚੀਆਂ ਕਰਦਾ ਆਵਕ, ਇਹਦਾ ਹੁਣ ਵੀ ਸ਼ਹਿਰਾਂ ਦੇ ਵਿੱਚ ਵੀ ਸਾਰੇ ਤਿੱਖੀਆਂ ਕਰਾਉਂਦੇ ਹੀ ਨੇ। ਉਹ ਜੋ ਆਉਂਦੇ ਨੇ ਭਾਈ ਸੂਰੀਆਂ ਤਿੱਖੀਆਂ ਕਰਨ ਲਈ ਕੈਂਚੀਆਂ ਜਾਂ ਕਰਦਾ, ਉਹ ਜਿਹੜਾ ਗੋਲ ਘੁੰਮਦਾ ਪੱਥਰ ਹੈ ਉਹਨੂੰ ਸਾਣ ਕਹਿੰਦੇ ਨੇ। ਅਤੇ ਇਹ ਕਿਹੜੀ ਮਹਾਰਾਜ ਸਾਣ 'ਤੇ ਲਾ ਕੇ ਤੁਸੀਂ ਸੂਰੀ ਤਿੱਖੀ ਕੀਤੀ ਹੈ ਬਿਰਤੀ ਜੋ ਪਰਮੇਸ਼ੁਰ 'ਚ ਜੋੜਨ ਰੂਪੀ? ਕਹਿੰਦੇ ਸ਼ਬਦੇ ਸਾਣ, ਜੋ ਗੁਰੂ ਦਾ ਸ਼ਬਦ ਹੈ, ਗੁਰਾਂ ਦਾ ਉਪਦੇਸ਼ ਹੈ, ਇਹਨੂੰ ਜੋ ਮੰਨਣਾ ਹੈ ਨਾ, ਗੁਰਾਂ ਦੇ ਉਪਦੇਸ਼ ਰੂਪੀ ਸ਼ਬਦ ਰੂਪੀ ਸਾਣ ਦੇ ਉੱਤੇ ਲਾ ਕਰਕੇ ਰਖਾਈ ਲਾਏ, ਇਹ ਤਿੱਖੀ ਕਰਕੇ ਰੱਖਣਾ ਕੀਤੀ ਹੈ, ਭਾਵ ਕਿ ਬਿਰਤੀ ਬਹੁਤ ਹੀ ਪੱਕੀ ਹੋਈ ਹੈ ਪਰਮੇਸ਼ੁਰ ਅੰਦਰ। ਗੁਣ ਕੀ ਠੇਕਾ ਵਿੱਚ ਸਮਾਏ, ਠੇਕਾ ਠੇਕਾ ਕਹਿੰਦੇ ਨੇ ਸਾਧ ਸੰਗਤ ਮਿਆਨ ਨੂੰ ਜਾਂ ਗੁਥਲੀ ਨੂੰ, ਜਿਹੜਾ ਸ਼ਸਤਰ ਮਿਆਨ ਵਿੱਚ ਪਾਇਆ ਜਾਂਦਾ, ਤਿੱਖਾ ਹੋਵੇ ਵੀ ਹੱਥ 'ਤੇ, ਕੋਈ ਇਹ ਨਾ ਹੋਵੇ ਵੀ ਆਪਣੇ ਹੱਥ 'ਤੇ ਵਾਲ ਚੱਲ ਜਾਵੇ, ਜਾਂ ਹਮੇਸ਼ਾ ਸ਼ਸਤਰ ਮਿਆਨ 'ਚ ਹੀ ਰੱਖਣਾ ਚਾਹੀਦਾ, ਮਰਿਆਦਾ ਹੈ। ਗੁਣ ਕੀ ਠੇਕਾ ਵਿੱਚ ਸਮਾਏ, ਅਤੇ ਇਹ ਬਿਰਤੀ ਰੂਪੀ ਸੁਰੀ ਮਿਆਨ ਕਿਹੜੇ 'ਚ ਪਾਈ ਹੈ? ਮਹਾਰਾਜ ਕਹਿੰਦੇ ਜੋ ਨਿਮਰਤਾ ਪ੍ਰੇਮ ਆਦਿਕ ਸ਼ੁਭ ਗੁਣ ਹਨ, ਇਹ ਸ਼ੁਭ ਗੁਣ ਧਾਰਨ ਕੀਤੇ ਨੇ, ਜੋ ਇਹੀ ਮਿਆਨ ਹੈ, ਅਤੇ ਇਸ ਸ਼ੁਭ ਗੁਣਾ ਰੂਪੀ ਮਿਆਨ ਦੇ ਅੰਦਰ ਹੀ ਵਿੱਚ ਸਮਾਏ, ਇਹ ਸਾਡੀ ਸੁਰੀ ਸਮਾ ਰਹੀ ਹੈ, ਭਾਵ ਸ਼ੁਭ ਗੁਣਾਂ ਦੇ ਵਿੱਚ ਹੀ ਬਿਰਤੀ ਜੁੜੀ ਹੋਈ ਹੈ, ਟਿਕੀ ਹੋਈ ਹੈ। ਤਿਸਕਾ ਕੁੱਠਾ ਹੋਵੇ, ਤਿਸ ਦਾ ਕੁੱਠਾ ਹੋਵੇ ਸੇਖ, ਤਿਸ ਦਾ ਕੁੱਠਾ ਹੋਵੇ ਸੇਖ, ਹੋਵੇ ਤੇ ਵਿਸ਼ਰਾਮ ਹੈ, ਤਿਸ ਦਾ ਕੁੱਠਾ ਹੋਵੇ। ਕੁੱਠਾ ਸਾਧ ਸੰਗਤ ਉਸੇ ਨੂੰ ਕਹਿੰਦੇ ਨੇ ਜਿਹਨੂੰ ਖੋਹ ਖੋਹ ਕੇ ਜਿਹੜਾ ਜਾਨਵਰ ਨੂੰ ਸੂਰੀ ਚਲਾ ਕੇ ਸਹੀ ਜੇ ਮਾਰਨਾ, ਉਹਨੂੰ ਕੁੱਠਾ ਕਹਿੰਦੇ ਹਨ। ਇੱਕ ਤਾਂ ਝਟਕਾ ਹੁੰਦਾ ਇੱਕੇ ਝਟਕੇ ਨਾਲ ਜਾਨਵਰ ਮਾਰਨਾ, ਇੱਕ ਹੁੰਦਾ ਖੋਹ ਖੋਹ ਕੇ ਮਾਰਨਾ। ਅਤੇ ਮਹਾਰਾਜ ਕਹਿੰਦੇ ਵੀ ਜਿਹੜੀ ਐਸੀ ਗੁਣਾ ਰੂਪੀ ਮਿਆਨ ਵਿੱਚ ਪਾਈ ਹੋਈ, ਇਹ ਗੁਰਾਂ ਦੇ ਸ਼ਬਦ ਦੇ ਉੱਤੇ ਸਾਣ 'ਤੇ ਲਾ ਕੇ ਤਿੱਖੀ ਕੀਤੀ ਹੋਈ ਜੋ ਬਿਰਤੀ ਰੂਪੀ ਸ਼ੁਰੀ ਹੈ, ਹੇ ਸੇਖ, ਤਿਸ ਦਾ ਕੁੱਠਾ ਹੋਵੇ। ਜੇ ਉਸ ਸੂਰੀ ਦਾ ਮਨ ਰੂਪੀ ਬੱਕਰਾ ਕੁੱਠਾ ਕੋਇਆ ਹੋਵੇ ਨਾ, ਭਾਵ ਕਿ ਉਸ ਸੂਰੀ ਦੇ ਨਾਲ ਉਹਦੀ ਬਿਰਤੀ ਨਾਲ ਜਿਹੜਾ ਮਨ ਬਾਹਰ ਜਾਂਦਾ ਵਾਰ ਵਾਰ, ਇਹ ਛਾਲਾਂ ਮਾਰਦਾ ਵਿਕਾਰਾਂ ਵੱਲ, ਇਸ ਪਲੋਂ ਨੂੰ ਕੋਹ ਕੋਹ ਕੇ ਮਾਰੇ, ਭਾਵ ਕਿ ਮੰਦਾ ਸੁਭਾਅ ਖਤਮ ਕਰੇ, ਆਪਣੇ ਅੰਦਰ ਟਿਕਾ ਕੇ ਰੱਖੇ। ਅਤੇ ਜਿਹੜਾ ਇਸ ਤਰ੍ਹਾਂ ਉਸ ਸੂਰੀ ਦਾ ਘੜਿਆ ਹੋਇਆ ਮਨ ਰੂਪੀ ਬੱਕਰਾ ਕੋਇਆ ਹੋਵੇ, ਹੇ ਸੇਖ, ਲੋਹੂ ਲੱਭ ਨਿਕੱਥਾ ਵੇਖ, ਲੱਭ ਪੋਲਾ, ਲੋਹੂ ਲੱਭ ਨਿਕੱਥਾ ਵੇਖ। ਫਿਰ ਮਹਾਰਾਜ ਸਾਹਿਬ ਕਹਿੰਦੇ ਵੀ ਉਹਦੇ ਅੰਦਰੋਂ ਨਾ
ਜਦੋਂ ਇਸ ਤਰ੍ਹਾਂ ਮਨ ਰੂਪੀ ਬੱਕਰਾ ਇਹਦੇ ਨਾਲ ਕੋਹਿਆ ਜਾਵੇ ਤੇ ਬੱਕਰੇ ਨੂੰ ਕੋਹਣ ਦੇ ਸਮੇਂ ਸਾਧ ਸੰਗਤ ਲਹੂ ਨਿਕਲਦਾ ਵੇਖੀਦਾ ਹੈ ਨਾ। ਇੱਥੇ ਲਹੂ ਕਿਹੜਾ ਨਿਕਲਦਾ ਹੈ? ਕਹਿੰਦੇ ਵੀ ਜਿਹੜਾ ਮਨ ਰੂਪੀ ਬੱਕਰੇ ਦੇ ਅੰਦਰ ਲੋਭ ਰੂਪੀ ਲਾਲਚ ਰੂਪੀ ਲਹੂ ਹੈ ਨਾ, ਅੰਦਰੋਂ ਪਦਾਰਥਾਂ ਦੇ ਖਾਣ ਦਾ, ਵਿਕਾਰਾਂ ਦੇ ਭੋਗਣ ਦਾ ਜੋ ਲਵ ਲਾਲਚ ਹੈ, ਇਹ ਲਾਲਚ ਰੂਪੀ ਲਹੂ ਨਿਕੱਥਾ ਨਿਕਲਿਆ ਹੋਇਆ ਵੇਖਣਾ ਕਰੀਦਾ, ਭਾਵ ਕਿ ਅੰਦਰੋਂ ਲੋਭ ਰੂਪੀ ਲਹੂ ਨਿਕਲ ਜਾਂਦਾ। ਫੇਰ ਹੋਏ ਹਲਾਲ ਲੱਗੇ ਹੱਕ ਜਾਏ, ਏਦਾਂ ਹਲਾਲ ਹੁੰਦਾ ਹੈ ਫਿਰ ਪਵਿੱਤਰ, ਹੋਏ ਹਲਾਲ। ਇਸ ਤਰ੍ਹਾਂ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਕਹਿੰਦੇ ਹਲਾਲ ਹੋ ਕੇ ਪਵਿੱਤਰ ਹੋ ਕੇ ਮਨ ਲੱਗੇ ਹੱਕ ਜਾਏ, ਜੋ ਹਰੀ ਵਿੱਚ ਜਾ ਕੇ ਲੱਗਦਾ ਮਿਲਦਾ ਹੈ, ਜੋ ਹੱਕ ਸੱਚ ਸਰੂਪ ਹਰੀ ਹੈ। ਹੱਕ ਦਾ ਭਾਵ ਹੁੰਦਾ ਹੱਕ, ਹਲਾਲ ਕਹਿੰਦੇ ਨਾ ਵੀ ਸਾਡੀ ਕਿਰਤ ਕਮਾਈ ਜਾਂ ਸੱਚ ਦੀ ਕਮਾਈ। ਹੋਏ ਹਲਾਲ, ਇਸ ਤਰ੍ਹਾਂ ਜਿਹੜਾ ਹਲਾਲ ਹੁੰਦਾ ਨਾ ਮਨ ਨੂੰ ਘੜ ਲੈਂਦਾ, ਪਵਿੱਤਰ ਜੀਵਨ ਬਣਾ ਲੈਂਦਾ, ਲੱਗੇ ਹੱਕ ਜਾਏ, ਉਹ ਮਨ ਫਿਰ ਹੱਕ ਸੱਚ ਸਰੂਪ ਵਿੱਚ ਜਾ ਕੇ ਲੱਗ ਜਾਂਦਾ ਹੈ। ਜਾਂ ਜਿਹੜਾ ਲੱਗੇ ਹੱਕ ਜਾਏ, ਜਿਹੜਾ ਹੱਕ ਸੱਚ ਸਰੂਪ ਦੇ ਵਿੱਚ ਚਿੱਤ ਜਾ ਕੇ ਲੱਗ ਜਾਣਾ ਏ, ਇਹੋ ਹੀ ਮਨ ਰੂਪੀ ਬੱਕਰੇ ਦਾ ਹਲਾਲ ਪਵਿੱਤਰ ਹੋਣਾ ਹੈ। ਇਸ ਤਰ੍ਹਾਂ ਮਨ ਰੂਪੀ ਬੱਕਰਾ ਮਾਰੀਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਬਚਨ ਸੁਣੇ ਜਦ ਇਸ ਤਰ੍ਹਾਂ ਨਾਨਕ ਦਰ ਦੀਦਾਰ ਸਮਾਏ। ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਇਹ ਸੇਖ ਬ੍ਰਹਮ, ਜਿਹਦਾ ਮਨ ਰੂਪੀ ਬੱਕਰਾ ਇੱਦਾਂ ਮਰ ਜਾਂਦਾ, ਜਿਹਦੇ ਅੰਦਰੋਂ ਲੋਭ ਰੂਪੀ ਲਹੂ ਨਿਕਲ ਜਾਂਦਾ, ਜਿਹੜਾ ਹੱਕ ਹਲਾਲ ਹੋ ਕੇ ਪਰਮੇਸ਼ੁਰ ਵਿੱਚ ਜੁੜ ਜਾਂਦਾ ਮਨ, ਉਹ ਗਿਆਨ ਰੂਪੀ ਦਰ ਨਾਮ ਹੈ ਦਰਵਾਜ਼ਾ। ਇਸ ਗਿਆਨ ਰੂਪੀ ਦਰ ਦਰਵਾਜ਼ੇ ਦੁਆਰਾ ਦੀਦਾਰ ਵਾਹਿਗੁਰੂ ਦੇ ਦਰਸ਼ਨ ਕਰਕੇ ਸਮਾਏ, ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਸੇਖ ਬ੍ਰਹਮ ਜੀ ਨੇ ਮਹਾਰਾਜ ਦੇ ਬਚਨ ਸੁਣੇ, ਸਾਹਿਬਾਂ ਦੇ ਚਰਣੀ ਡਿੱਗ ਪਏ, ਮਹਾਰਾਜ ਬਖਸ਼ ਲਓ। ਅਤੇ ਇਸ ਤਰ੍ਹਾਂ ਸੇਖ ਬ੍ਰਹਮ ਨੇ ਵੀ ਇਹ ਬੱਕਰੇ ਆਦਿਕ ਜੀਵ ਮਾਰਨ ਦਾ ਜਿਹੜਾ ਕੁਰਬਾਨੀਆਂ, ਇਹ ਕੁਰਬਾਨੀ ਕਹਿੰਦੇ ਨੇ ਇਸਲਾਮ ਵਿੱਚ ਵੀ ਕੁਰਬਾਨੀ ਦਿੱਤੀ ਹੈ। ਇਹ ਕਹਿੰਦੇ ਮਹਾਰਾਜ ਮੈਂ ਤਾਂ ਇਹੀ ਕੁਰਬਾਨੀਆਂ ਦੇ ਕੇ ਰੱਬ ਦੀ ਪ੍ਰਾਪਤੀ ਦਾ ਰਾਹ ਸਮਝਿਆ ਸੀ, ਹੁਣ ਤੁਸੀਂ ਦੱਸਿਆ ਵੀ ਜੇ ਕੁਰਬਾਨੀ ਦੇਣੀ ਹੈ ਤਾਂ ਮਨ ਦੇ ਮੰਦੇ ਸੁਭਾਅ ਦੀ, ਮਨ ਮਰਜ਼ੀ ਦੀ ਕੁਰਬਾਨੀ ਦੇ, ਇਹ ਬੱਕਰਾ ਮਾਰ ਕੇ ਫਿਰ ਨੇਕ ਜੀਵਨ ਹੁੰਦਾ ਹੈ। ਮਹੱਲਾ ਪਹਿਲਾ ਕਮਰ ਕਟਾਰਾ ਬੰਕੁੜਾ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਬਿਹਾਰ ਦੇ ਇਲਾਕੇ 'ਚ ਵਿਚਰ ਰਹੇ ਸਨ, ਭਾਈ ਮਰਦਾਨਾ ਜੀ ਬਾਬਾ ਬੁੱਢਾ ਸਾਹਿਬ ਨਾਲ, ਅਤੇ ਇੱਕ ਸਾਧ ਸੰਗਤ ਭਾਈ ਮਰਦਾਨਾ ਜੀ ਰਬਾਬ ਚੱਕੀ ਹੌਲੀ ਹੌਲੀ ਜਾ ਰਹੇ, ਸਰੀਰ ਥੋੜ੍ਹਾ ਬਿਰਧ ਹੋ ਗਿਆ ਸੀ, ਅਤੇ ਇੱਕ ਹੰਕਾਰੀ ਸਵਾਰ ਘੋੜੇ ਦੇ ਨਵਾਂ ਨਵਾਂ ਚੜ੍ਹਿਆ ਹੋਇਆ, ਘੋੜੇ ਨੂੰ ਪਹਿਲਾਂ ਪਾਉਂਦਾ ਇਸ ਤਰ੍ਹਾਂ ਨਚਾਉਂਦਾ ਹੋਇਆ ਜਾ ਰਿਹਾ ਸੀ, ਅਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਜੀ ਭਾਈ ਆਪਣਾ ਘੋੜਾ ਬਚਾ ਕੇ ਲੰਘ ਜਾਣਾ ਕਰ, ਕਿਉਂਕਿ ਸਾਡਾ ਸਾਥੀ ਬਿਰਧ ਹੈ। ਜਦੋਂ ਮਹਾਰਾਜ ਦੇ ਐਸੇ ਬਚਨ ਸੁਣੇ ਉਹਨੇ, ਤਾਂ ਉਹਨੇ ਪਰਵਾਹ ਨਾ ਕੀਤੀ, ਸਗੋਂ ਭਾਈ ਮਰਦਾਨਾ ਜੀ ਨੂੰ ਜਾਣ ਕੇ ਧੱਕਾ ਦੇ ਕੇ ਸੁੱਟ ਦਿੱਤਾ, ਅਤੇ ਘੋੜਾ ਲੈ ਕੇ ਅੱਗੇ ਲੰਘ ਗਿਆ। ਥੋੜ੍ਹਾ ਹੀ ਅੱਗੇ ਗਿਆ ਸਾਧ ਸੰਗਤ ਜੀ ਮੂੰਹ ਭਰਨੇ ਘੋੜੇ ਤੋਂ ਡਿੱਗਿਆ, ਜਦੋਂ ਫਿਰ ਡਿੱਗਿਆ ਸਤਿਗੁਰੂ ਸਾਹਿਬ ਕੋਲ ਆ ਕੇ ਉਹਨੇ ਮੁਆਫ਼ੀ ਮੰਗੀ ਵੀ ਮੈਂ ਇਹ ਮਹਾਂਪੁਰਖਾਂ ਦੇ ਬਚਨਾਂ ਦੀ ਨਰਾਦਰੀ ਕੀਤੀ ਸੀ, ਅਤੇ ਕਹਿੰਦਾ ਬਖਸ਼ ਲਓ। ਉਦੋਂ ਉਹਨੂੰ ਮਹਾਰਾਜ ਨੇ ਸਮਝਾਉਂਦਿਆਂ ਸਾਨੂੰ ਸਾਂਝਾ ਉਪਦੇਸ਼ ਦਿੱਤਾ ਏ। ਮਹੱਲਾ ਪਹਿਲਾ ਕਮਰ ਕਟਾਰਾ ਬੰਕੁੜਾ। ਮਹਾਰਾਜ ਕਹਿੰਦੇ ਭਾਈ ਵੇਖ, ਜਿਵੇਂ ਤੇਰੇ ਕਮਰ ਕੀ ਹੈ, ਕਮਰ ਲੱਕ, ਲੱਕ ਦੇ ਨਾਲ
ਕਟਾਰਾ ਬੰਕੜਾ, ਬੰਕੜਾ ਹੁੰਦਾ ਵੀ ਸੁੰਦਰ ਸ਼ਸਤਰ ਜੋ ਕਟਾਰਾ ਕਟਾਰ ਖੰਜਰ ਬੰਨਿਆ ਹੋਇਆ ਏ। ਬੰਕੇ ਕਾ ਅਸਵਾਰ, ਤੇ ਬੰਕਾ ਵੀ ਸੁੰਦਰ ਨੂੰ ਕਹਿੰਦੇ ਆ ਵੀ ਸੁੰਦਰ ਘੋੜੇ ਦਾ, ਸੋਹਣਾ ਤੇਰਾ ਘੋੜਾ ਫਬ ਰਿਹਾ, ਇਹਦਾ ਤੂੰ ਅਸਵਾਰ ਬਣਿਆ ਹੋਇਆ ਹੈ। ਗਰਭ ਨਾ ਕੀਜੈ ਨਾਨਕਾ, ਮਹਾਰਾਜ ਕਹਿੰਦੇ ਵੀ ਏਦਾਂ ਘੋੜੇ ਤੇ ਚੜਿਆ ਹੋਵੇ ਪਾ ਉੱਚੇ ਥਾਂ ਤੇ ਵੀ ਹੋਵੇ, ਜੀਵ ਜਿੰਨਾ ਮਰਜ਼ੀ ਸ਼ਸਤਰ ਧਾਰੀ ਹੈ, ਸੋਹਣੇ ਕੱਪੜੇ ਵੀ ਹੋਣ, ਗਰਬ ਨਾ ਕੀਜੈ ਨਾਨਕਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਮਤ ਸਿਰੇ ਆਵੈ ਭਾਰ, ਮਤ ਥੋੜਾ ਭਾਰਾ, ਮਤ ਸਿਰੇ ਆਵੈ ਭਾਰ, ਮਤਾਂ ਕਿੱਥੇ ਪਾਤਸ਼ਾਹ ਜੀ ਕਹਿੰਦੇ ਕੀ ਪਤਾ ਹੈ ਵੀ ਸਿਰ ਆਵੈ ਭਾਰ, ਕਿ ਵੀ ਘੋੜੇ ਤੋਂ ਡਿੱਗ ਕੇ ਧਰਤੀ 'ਤੇ ਹੀ ਸਿਰ ਭਾਰ, ਸਿਰ ਪਰਨੇ ਡਿੱਗ ਪਈਦਾ ਹੈ, ਸਿਰ ਭਾਰ ਹੁੰਦਾ ਵੀ ਸਿਰ ਵੱਜਣਾ ਥੱਲੇ, ਵੀ ਇਹ ਪੁੱਠਾ ਹੋ ਗਈ ਡਿੱਗੀ ਦਾ ਹੈ। ਇਸ ਤਰ੍ਹਾਂ ਹੰਕਾਰ ਨਹੀਂ ਕਰਨਾ, ਫਿਰ ਇਹਨੂੰ ਹੀ ਅੰਤਰੀ ਭਾਵ ਵਿੱਚ ਵੀ ਸਮਝਾਉਂਦੇ ਹਨ। ਕਮਰ ਕਟਾਰਾ ਬੰਕੁੜਾ, ਮਹਾਰਾਜ ਕਹਿੰਦੇ ਹੇ ਜੀਵ, ਜੋ ਤੇਰੀ ਬੁੱਧੀ ਰੂਪੀ ਕਮਰ ਹੈ, ਇਹਦੇ ਵਿੱਚ ਗਿਆਨ ਰੂਪੀ ਖੰਜਰ ਬੜਾ ਸੋਹਣਾ ਹੈ, ਭਾਵ ਕਿ ਮਤ ਦੇ ਵਿੱਚ ਬਹੁਤ ਚਤੁਰਾਈ ਦੀਆਂ ਗਿਆਨ ਦੀਆਂ ਗੱਲਾਂ ਹਨ। ਬੰਕੇ ਕਾ ਅਸਵਾਰ, ਤੇ ਸੋਹਣੀ ਸੁੰਦਰ ਦੇਹ ਰੂਪੀ ਜੋ ਘੋੜਾ ਹੈ ਨਾ, ਇਹ ਘੋੜੇ ਦਾ ਸਵਾਰ ਹੈ, ਭਾਵ ਮਨੁੱਖਾ ਜਨਮ ਰੂਪੀ ਦੇਹ ਮਿਲੀ ਹੋਈ ਹੈ, ਮਤ ਵਿੱਚ ਗਿਆਨ ਵੀ ਸੋਹਣਾ ਹੋਵੇ ਤੇ ਮਨੁੱਖਾ ਸਰੀਰ ਵੀ ਸੋਹਣਾ ਹੈ। ਗਰਭ ਨਾ ਕੀਜੈ ਨਾਨਕਾ, ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਵੀ ਸਰੀਰ ਸੁੰਦਰ ਹੈ ਜਾਂ ਜਵਾਨੀ ਬਹੁਤ ਹੈ ਜਾਂ ਗੁਣ ਬਹੁਤ ਹੈ, ਇਹਨਾਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਜੀਵਨ ਅੰਦਰ। ਮਤ ਸਿਰੇ ਆਵੈ ਭਾਰ, ਕਿਉਂਕਿ ਕੀ ਪਤਾ ਮਤਾਂ ਸਿਰ ਦੇ ਉੱਪਰ ਪਾਪਾਂ ਦਾ ਹੀ ਭਾਰ ਆ ਜਾਵੇ, ਮਤਾਂ ਹੀ ਕਿਤੇ ਸਿਰ ਭਾਰ ਹੁੰਦਾ ਵੀ ਪੁੱਠੇ ਲੜਕਣਾ, ਵਾਰ ਵਾਰ ਮਾਤਾ ਦੇ ਗਰਭ ਵਿੱਚ ਜੂਨਾਂ ਵਿੱਚ ਹੀ ਲਮਕਣਾ ਪਵੇ, ਹੰਕਾਰ ਨਹੀਂ ਕਰਨਾ ਚਾਹੀਦਾ। ਪੌੜੀ ਸੋ ਸਤ ਸੰਗਤ ਸ਼ਬਦ ਮਿਲੈ, ਗੁਰੂ ਨਾਨਕ ਗੁਰੂ ਰਾਮਦਾਸ ਵਾਹਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਪੌੜੀ ਉਚਾਰਨ ਕਰਦੇ ਨੇ, ਸੋ ਸਤ ਸੰਗਤ ਸ਼ਬਦ ਮਿਲੈ। ਮਹਾਰਾਜ ਜੀ ਕਹਿੰਦੇ ਵੀ ਉਹ ਸਤਸੰਗੀ ਪੁਰਖ ਸਤ ਸੰਗਤ ਦੇ ਵਿੱਚ ਆ ਕੇ ਸਤਸੰਗਤ ਕਰਦਾ ਹੋਇਆ ਸ਼ਬਦ ਮਿਲਾ ਹੈ, ਗੁਰਾਂ ਦੇ ਉਪਦੇਸ਼ ਨਾਲ ਮਿਲਦਾ ਹੈ, ਗੁਰੂ ਸਾਹਿਬ ਦੇ ਉਪਦੇਸ਼ ਦੀ ਕਮਾਈ ਕਰਦਾ ਹੈ। ਜੋ ਗੁਰਮੁਖ ਚੱਲੈ, ਜਿਹੜਾ ਪੁਰਖ ਗੁਰਮੁਖ ਬਣ ਕੇ ਗੁਰਾਂ ਦੀ ਮਤ ਦੇ ਵਿੱਚ ਹੁਕਮ ਵਿੱਚ ਚੱਲਦਾ ਏ, ਸੱਚ ਧਿਆਇਨ ਸੇ ਸੱਚੇ। ਹਾਂ, ਜਿਵੇਂ ਪੜ੍ਹਿਆ ਨਾ ਭਾਈ ਸਾਹਿਬ ਨੇ, ਸੱਚ ਧਿਆਇਨ ਨੰਨੇ ਤੇ ਈੜੀ ਨੂੰ ਸਿਹਾਰੀ ਧਿਆਇਨ ਸੇ ਸੱਚੇ। ਜਿਹੜੇ ਸਾਧ ਸੰਗਤ ਇਕਾਗਰਤਾ ਨਾਲ ਮਨ ਚਿੱਤ ਬਿਰਤੀ ਨੂੰ ਜੋੜ ਕੇ ਸੱਚੇ ਨਾਮ ਨੂੰ ਧਿਆਉਂਦੇ ਨੇ, ਉਹੀ ਸੱਚ ਦੀ ਪ੍ਰਾਪਤੀ ਵਾਲੇ ਸੱਚੇ ਜੀਵਨ ਵਾਲੇ ਹਨ। ਜਿਨ ਹਰ ਖਰਚ ਧਨ ਪੱਲੇ, ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਲੜਦੇ ਵਿੱਚ ਹਰੀ ਪਰਮੇਸ਼ਰ ਦਾ ਨਾਮ ਰੂਪੀ ਧਾਨੀ ਲੋਕ ਪਰਲੋਕ ਦੇ ਵਿੱਚ ਖਰਚ ਵਾਸਤੇ ਬੱਝਾ ਹੋਇਆ ਹੈ, ਜਿਨ੍ਹਾਂ ਦੇ ਪੱਲੇ ਧਨ ਹੈ ਨਾਮ ਰੂਪੀ, ਉਹ ਸੱਚੇ ਪਰਮੇਸ਼ਰ ਨੂੰ ਮਿਲਦੇ ਹਨ। ਭਗਤ ਸੋਹਨ ਗੁਣ ਗਾਵਦੇ, ਉਹ ਭਗਤ ਨੇ ਪਰਮੇਸ਼ਰ ਦੇ, ਉਹ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹੋਏ ਸੋਭ ਦੇ ਸੋਹਣੇ ਫੱਬਦੇ ਹਨ। ਗੁਰਮਤ ਅਚੱਲੈ, ਗੁਰਮਤ ਅਚੱਲੈ, ਐਵੇਂ ਅਚੱਲੈ ਕਦੇ ਸਹਿ ਦੀ ਪਾਠ ਕਰਨਾ, ਕੌਣ ਗਾਉਂਦੇ ਨੇ ਗੁਰਮਤ, ਜਿਹੜੇ ਗੁਰੂ ਦੀ ਮਤ ਦੁਆਰਾ ਅਚੱਲੇ ਅਚੱਲ ਹੋਏ ਹਨ, ਜਾਂ ਅਚੱਲਾ ਇੱਕ ਰਸ ਜਿਨ੍ਹਾਂ ਦੇ ਅੰਦਰ ਗੁਰਾਂ ਦੀ ਸਿੱਖਿਆ ਵਸਦੀ ਹੈ। ਰਤਨ ਵਿਚਾਰ ਮਨ ਵਸਿਆ, ਰਤਨ ਵਿਚਾਰ ਮਨ ਵਸਿਆ, ਜਿਨ੍ਹਾਂ ਦੇ ਸਾਧ ਸੰਗਤ ਹਿਰਦੇ ਦੇ ਵਿੱਚ ਮਨ ਦੇ ਵਿੱਚ ਗੁਰੂ ਸਾਹਿਬ ਦੀ ਸਿੱਖਿਆ ਦੇ ਦੁਆਰਾ, ਗੁਰੂ ਸਾਹਿਬ ਦਾ ਸ਼ਬਦ ਰੂਪੀ ਰਤਨ
ਜਾਂ ਜੋ ਗਿਆਨ ਰੂਪੀ ਰਤਨ ਹੈ, ਵਿਚਾਰ ਰੂਪੀ ਰਤਨ ਮਨ ਹਿਰਦੇ ਚ ਵਸ ਗਿਆ ਏ। ਗੁਰ ਕੈ ਸ਼ਬਦ ਭਲੈ, ਗੁਰ ਕੈ ਸ਼ਬਦ ਭਲੈ, ਇਹ ਭਲੈ ਬਾਕੀ ਪਿੱਛੇ ਜਿਵੇਂ ਪਾਠ ਆਏ ਨਾ ਤੁਕਾਂਤ ਦੇ, ਚੱਲੈ ਪੱਲੈ ਅਚੱਲੈ, ਉਹਦਾ ਉਵੇਂ ਹੀ ਹੈ। ਇੱਥੇ ਭਲੈ, ਇੱਥੇ ਭੱਲੇ ਨਹੀਂ ਕਹਿਣਾ, ਗੁਰ ਕੈ ਸ਼ਬਦ ਭਲੈ। ਉਹ ਗੁਰੂ ਦੇ ਉਪਦੇਸ਼ ਦੁਆਰਾ ਬਹੁਤ ਹੀ ਭਲੈ ਚੰਗੇ ਜੀਵਨ ਵਾਲੇ ਬਣ ਗਏ ਹਨ, ਜਿਨ੍ਹਾਂ ਦੇ ਮਨ ਵਿੱਚ ਗੁਰਾਂ ਦੇ ਸ਼ਬਦ ਰੂਪੀ ਰਤਨ ਦੀ ਵਿਚਾਰ ਵਸ ਗਈ ਹੈ। ਆਪੇ ਮੇਲ ਮਿਲਾਏ ਦਾ, ਜਿਨ੍ਹਾਂ ਨੂੰ ਵਾਹਿਗੁਰੂ ਆਪ ਹੀ ਆਪਣੇ ਮੇਲ ਦੇ ਵਿੱਚ ਮੇਲ ਲੈਂਦਾ ਹੈ, ਆਪੇ ਦੇ ਵੜੇ ਆਪ ਹੀ ਆਪਣੇ ਸੱਚ ਸਰੂਪ ਵਿੱਚ ਮੇਲਣ ਦੀ, ਆਪਣੇ ਸਰੂਪ ਦੀ ਪ੍ਰਾਪਤੀ ਕਰਾਉਣ ਰੂਪੀ ਵਡਿਆਈ ਬਖਸ਼ ਦਿੰਦਾ ਏ। ਵਾਹੋ ਵਾਹੋ ਸੱਚੇ ਪਾਤਸ਼ਾਹ, ਉਹ ਗੁਰਮੁਖ ਕਹਿੰਦੇ ਨੇ ਹੇ ਸੱਚੇ ਪਾਤਸ਼ਾਹ, ਤੂੰ ਵਾਹੋ ਅਚਰਜ, ਵਾਹੋ ਵਿਸਮਾਦ ਰੂਪ ਹੈ, ਸੱਚੀ ਤੂੰ ਮਹਾਰਾਜ ਸੱਚੀ ਨਾਈ ਮਹਿਮਾ ਵਾਲਾ ਹੈ। ਸਲੋਕ ਮਹੱਲਾ ਤੀਜਾ, ਆਸਾ ਅੰਦਰ ਸਭ ਕੋ। ਗੁਰੂ ਅਮਰਦਾਸ ਸਾਹਿਬ ਗੋਂਦਵਾਲ ਸਾਹਿਬ ਸੁਭਾਏ ਮਾਨ ਸਨ, ਸਿੱਖ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ। ਸਿੱਖਾਂ ਨੇ ਬੇਨਤੀ ਕੀਤੀ ਪ੍ਰਸ਼ਨ ਰੂਪ ਵਿੱਚ, ਮਹਾਰਾਜ ਦੁਨੀਆਂ ਦੇ ਅੰਦਰ ਜੋ ਆਸਾ ਬਣੀ ਰਹਿੰਦੀ ਹੈ, ਇਹਦੀ ਨਿਵਿਰਤੀ ਦਾ ਉਪਾਅ ਦੱਸੋ ਤਾਂ ਪਰਮ ਪਵਿੱਤਰ ਉਪਦੇਸ਼ ਦਿੰਦੇ ਆ ਮਹਾਰਾਜ। ਕਹਿੰਦੇ ਆਸਾ ਅੰਦਰ ਸਭ ਕੋਈ, ਭਾਈ ਸਭ ਕੋ, ਸਾਰੇ ਹੀ ਸੰਸਾਰੀ ਜੀਵ ਆਸਾ ਖਾਸ਼ਾਂ ਦੇ ਅੰਦਰ ਹੀ ਜਿਉਂਦੇ ਹਨ। ਕੋਈ ਨਿਰਾਸਾ ਹੋਏ, ਕੋਈ ਵਿਰਲਾ ਪੁਰਖ ਹੀ ਹੈ ਜਿਹੜਾ ਦੁਨੀਆਂ ਦੀਆਂ ਖਾਸ਼ਾਂ ਵਾਸ਼ਨਾਵਾਂ ਭੋਗਣ ਵੱਲੋਂ ਨਿਰਾਸ਼ ਹੁੰਦਾ ਏ। ਨਾਨਕ ਜੋ ਮਰ ਜੀਵਿਆ, ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜਾ ਪੁਰਖ ਜੋ ਮਰ ਜੀਵਿਆ, ਜੀਵਤ ਭਾਵ ਤੋਂ ਮਰਿਆ ਹੋਇਆ ਹੈ, ਜਾਂ ਜਿਹੜਾ ਵਾਸ਼ਨਾਵਾਂ ਵੱਲੋਂ ਮਰ ਕੇ ਤੇ ਪਰਮੇਸ਼ਰ ਵੱਲ ਨਾਮ ਜਪਣ ਵੱਲ ਜੀਵਿਆ ਜਿਉਂਦਿਆ ਹੋਇਆ ਏ। ਸਹਿਲਾ ਆਇਆ ਸੋਏ, ਉਹਦਾ ਸੰਸਾਰ ਚ ਆਇਆ ਆਉਣਾ ਸਹਿਲਾ ਹੁੰਦਾ, ਵੀ ਸਹਿਤ ਲਾਹੇ ਦੇ ਹੈ, ਭਾਵ ਕਿ ਉਹਨੂੰ ਸੰਸਾਰ ਵਿੱਚ ਆਉਣ ਦਾ ਫਾਇਦਾ ਹੈ, ਜਾਂ ਸਹਿਲਾ ਨਾਮ ਸਫਲੇ ਦਾ ਵੀ ਹੈ, ਵੀ ਉਹਦਾ ਮਨੁੱਖਾ ਜਨਮ ਧਾਰ ਕੇ ਜਗਤ ਚ ਆਉਣਾ ਸਫਲਾ ਹੈ। ਮਹੱਲਾ ਤੀਜਾ, ਨਾ ਕਿਛ ਆਸਾ ਹੱਥ ਹੈ। ਤੀਸਰੇ ਪਾਤਸ਼ਾਹ ਕਹਿੰਦੇ ਵੀ ਜੀਵ ਅਲਪੱਗ ਹਨ, ਇਸ ਕਰਕੇ ਨਾ ਜੀਵਾਂ ਦੇ ਕਿਸ ਕੁਝ ਵੀ ਆਸਾ ਯਾਦ ਕਰਨੀ, ਵਾਸ਼ਨਾਵਾਂ ਦੇ ਖਿਆਲ ਇਹ ਹੱਥ ਵਿੱਚ ਨਹੀਂ ਹਨ, ਭਾਵ ਕਿ ਇੱਦਾਂ ਨਹੀਂ ਕਰ ਸਕਦੇ ਵੀ ਮੈਂ ਆਸਾ ਕਰਾਂ, ਇਹ ਜੀਵ ਦੇ ਆਪਣੇ ਕੁਝ ਅਧੀਨ ਨਹੀਂ ਹੈ। ਕਿਉਂ ਨਿਰਾਸਾ ਹੋਏ, ਇਸ ਲਈ ਜੀਵ ਆਪਣੇ ਆਪ ਕਿਉਂ ਕਿਸ ਪ੍ਰਕਾਰ ਕਿਵੇਂ ਨਿਰਾਸਾ ਆਸਾ ਤੋਂ ਰਹਿਤ ਹੋ ਸਕਦਾ, ਜਦੋਂ ਆਸਾ ਕਰਨੀ ਵੀ ਇਹਦੇ ਹੱਥ ਨਹੀਂ ਹੈ, ਇਹ ਵਾਸ਼ਨਾ ਦਾ ਵੱਧਾ ਹੋਇਆ ਇਸ਼ਾਵਾਂ ਵਾਸ਼ਨਾਵਾਂ ਕਰਦਾ ਏ, ਉਹ ਵੀ ਇਹਦੇ ਬਲ ਦੇ ਵਿੱਚ ਨਹੀਂ ਹੈ, ਅਤੇ ਇਹ ਤੋਂ ਬਚ ਕੇ ਰਹਿਣਾ, ਨਿਰਾਸ਼ ਹੋਣਾ ਮੋਹ ਮਾਇਆ ਵਕਾਰਾਂ ਤੋਂ, ਇਹ ਕਿਵੇਂ ਹੋ ਸਕਦਾ ਜਦੋਂ ਆਸਾ ਕਰਨੀ ਵੀ ਇਹਦੇ ਆਪਣੇ ਹੱਥ ਨਹੀਂ ਹੈ। ਕਿਆ ਕਰੇ ਇਹ ਬੱਪੜੀ, ਕਿਆ ਕਰੇ ਇਹ ਬੱਪੜੀ, ਇਹ ਬੱਪੜੀ ਵਿਚਾਰੀ ਜਿਹੜੀ ਆਸਾ ਹੈ ਜਾਂ ਇਹ ਸ੍ਰਿਸ਼ਟੀ ਹੈ, ਕੀ ਕਰ ਸਕਦੀ ਹੈ। ਜਾਂ ਭੁਲਾਏ ਸੋਏ, ਜਦੋਂ ਆਪ ਹੀ ਉਹ ਪਰਮੇਸ਼ਰ ਨੇ ਭੁਲਾਇਆ ਹੋਇਆ, ਜਾਂ ਭੁਲਾਏ ਸੋਏ, ਜਦੋਂ ਪਰਮੇਸ਼ਰ ਆਪ ਹੀ ਇਹਨਾਂ ਜੀਵਾਂ ਨੂੰ ਭੁਲਾ ਦੇਵੇ, ਜਾਂ ਦੂਜਾ ਭਾਵ ਹੈ ਵੀ ਕਿਆ ਕਰੇ ਇਹ ਬੱਪੜੀ, ਇਹ ਸਾਧ ਸੰਗਤ, ਇਹ ਬੱਪੜੀ ਵਿਚਾਰੀ ਜਿਹੜੀ ਆਸਾ ਹੈ, ਇਹ ਬ੍ਰਹਮ ਬੇਤਿਆਂ ਦਾ ਕੀ ਵਿਗਾੜ ਸਕਦੀ ਹੈ। ਜਾਂ ਭੁਲਾਏ ਸੋਏ, ਜਦੋਂ ਪਰਮੇਸ਼ਰ ਜੀਵਾਂ ਦੇ ਤਾਂ ਹੀ
ਭਰਮ ਵਿੱਚ ਭੁਲਾ ਦਿੰਦਾ ਉਦੋਂ ਹੀ ਚੰਬੜਦੀ ਹੈ, ਉਵੇਂ ਕੁਝ ਨਹੀਂ ਕਰ ਸਕਦੀ। ਪੌੜੀ ਤ੍ਰਿਗ ਜੀਵਨ ਸੰਸਾਰ, ਤੀਸਰੇ ਪਾਤਸ਼ਾਹ ਕਹਿੰਦੇ ਵੀ ਸੰਸਾਰ ਵਿੱਚ ਜੀਵਨ ਨੂੰ ਲਾਹਨਤ ਹੈ, ਕਿਹੜੀ ਜ਼ਿੰਦਗੀ ਨੂੰ ਤ੍ਰਿਕਾਰ ਹੈ। ਸੱਚੇ ਨਾਮ ਬਿਨ, ਜਿਹੜਾ ਜੀਵਨ ਸੱਚੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਜਿਉਣਾ ਹੈ। ਰੱਬ ਦਾਤਾ ਦਾਤਾਰ, ਪਰਮੇਸ਼ਰ ਤੇ ਵਾਹਿਗੁਰੂ ਦਾ ਨਾਮ ਆਦਿਕ ਜਿੰਨੀਆਂ ਵੀ ਨੇ, ਪ੍ਰਭ ਦਾਤਾ ਦਾਤਾਰ, ਪ੍ਰਭੂ ਦਾਤਾਰ ਦਾਤਾਂ ਦੇਣ ਵਾਲਾ, ਨਾਮ ਦੀ ਬ੍ਰਹਮ ਗਿਆਨ ਮੁਕਤੀ ਆਦਿਕ ਜੀਵਨ ਮੁਕਤੀ ਇਹ ਸਾਰੀਆਂ ਦਾਤਾਂ ਦੇਣ ਵਾਲਾ ਏ। ਨਿਹ ਚਲ ਇਹੋ ਧਨ, ਸਭ ਧਨ ਪਦਾਰਥ ਨਾਸ ਹੋ ਜਾਂਦੇ ਪਰ ਇਹ ਨਾਮ ਰੂਪੀ ਧਨ ਨਿਹਚਲ ਅਚਲ ਹੈ, ਇਹ ਸਦਾ ਰਹਿੰਦਾ ਏ। ਸਾਸ ਸਾਸ ਅਰਾਧੇ, ਮਹਾਰਾਜ ਕਹਿੰਦੇ ਜਿਹੜੇ ਪੁਰਖ ਆਉਂਦੇ ਜਾਂਦੇ ਸਵਾਸਾਂ ਨਾਲ ਪਰਮੇਸ਼ਰ ਦਾ ਸਿਮਰਨ ਆਰਾਧਨ ਕਰਦੇ ਹਨ। ਨਿਰਮਲ ਸੋਏ ਜਨ, ਉਹੀ ਜਨ ਪੁਰਖ ਨਿਰਮਲ ਪਵਿੱਤਰ ਜੀਵਨ ਵਾਲੇ ਨੇ। ਅੰਤਰ ਜਾਮੀ ਅਗਮ, ਅਗਮ ਅੰਤਰ ਜਾਮੀ ਅਗਮ, ਜੋ ਅੰਦਰ ਦੀ ਜਾਣਨ ਵਾਲਾ ਵਾਹਿਗੁਰੂ ਹੈ ਤੇ ਅਸ਼ੁੱਧ ਮਨ ਕਰਕੇ ਅਗਮ ਅਗਮ ਅਪਹੁੰਚ ਹੈ, ਜਿੱਥੋਂ ਤੁਸੀਂ ਪਹੁੰਚ ਨਹੀਂ ਸਕਦੇ ਮਨ ਦੇ ਖਿਆਲ। ਰਸਨਾ ਏਕ ਭਨ, ਉਸ ਇੱਕ ਪਰਮੇਸ਼ਰ ਨੂੰ ਪ੍ਰਤੱਖ ਰਸਨਾ ਦੇ ਨਾਲ, ਪ੍ਰੇਮ ਰੂਪੀ ਰਸਨਾ ਦੇ ਨਾਲ ਭਨ ਭਨ ਉਚਾਰਨ ਕਰ ਸਿਮਰਨ ਕਰ ਪਾਈ। ਰਵ ਰਹਿਆ ਸਰਬਤ, ਉਹ ਵਾਹਿਗੁਰੂ ਸਰਬਤ ਸਾਰਿਆਂ ਥਾਵਾਂ ਜੀ ਵਿਆਪਕ ਹੋ ਰਿਹਾ ਹੈ। ਨਾਨਕ ਬਲ ਜਾਈ, ਉਸ ਵਿਆਪਕ ਪਰਮੇਸ਼ਰ ਤੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਵੀ ਬਲਾਹਾਰ ਕੁਰਬਾਨ ਸਦਕੇ ਜਾਂਦੇ ਹਾਂ। ਵਾਹੂ ਵਾਹੂ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਤੂੰ ਵਾਹੋ ਅਚਰਜ ਰੂਪ ਹੈ, ਵਾਹੋ ਵਿਸਮਾਦ ਰੂਪ ਹੈ, ਤੂੰ ਸੱਚੀ ਨਾਈ, ਤੂੰ ਆਪ ਹੀ ਸੱਚੀ ਨਾਈ ਮਹਿਮਾ ਵਡਿਆਈ ਵਾਲਾ ਏ। ਮਹੱਲਾ ਤੀਜ ਸਲੋਕ, ਮਹੱਲਾ ਪਹਿਲਾ, ਸਰਵਰ ਹੰਸ ਤੁਰੇ ਹੀ ਮੇਲਾ। ਸਾਧ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਪ੍ਰਕਰਨ ਦੁਆਰਾ ਸਮਝਾਉਂਦੇ ਨੇ, ਪਹਿਲੀ ਪਹਿਲਾਂ ਬਾਹਰੀ ਅਰਥ, ਸਰਵਰ ਕਹਿੰਦੇ ਨੇ ਸਰੋਵਰ ਮਾਨ ਸਰੋਵਰ, ਤੇ ਹੰਸ ਹੰਸ ਜਿਹੜੇ ਹਨ ਤੁਰੇ ਹੀ ਮੇਲਾ, ਮਾਨ ਸਰੋਵਰ ਤੇ ਹੰਸਾਂ ਦਾ ਮਲਾਪ ਤੁਰੇ ਤੁਰ ਆਦਿ ਤੋਂ ਹੀ ਕੀਤਾ ਹੋਇਆ ਏ। ਮੈਂ ਇਹ ਵੈ ਭਾਣਾ, ਕਿਉਂਕਿ ਪਰਮੇਸ਼ਰ ਮਾਲਕ ਨੂੰ ਐਵੇਂ ਭਾਉਂਦਾ ਚੰਗਾ ਲੱਗਦਾ ਹੈ ਵੀ ਜੋ ਸਰਵਰ ਮਾਨ ਸਰੋਵਰ ਤੇ ਹੰਸ ਹੀ ਸੋਹਣੇ ਫੱਬਦੇ ਹਨ। ਸਰਵਰ ਅੰਦਰ ਹੀਰਾ ਮੋਤੀ, ਕਿਉਂਕਿ ਜੋ ਮਾਨ ਸਰੋਵਰ ਹੈ ਉਹਦੇ ਅੰਦਰ ਹੀਰੇ ਮੋਤੀ ਆਦਿ ਕੀਮਤੀ ਪਦਾਰਥ ਨੇ। ਉਹ ਹੰਸਾਂ ਕਾ ਖਾਣਾ, ਉਹ ਹੰਸਾਂ ਦਾ ਜੋ ਖਾਣਾ ਖੁਰਾਕ ਹੈ ਨਾ, ਉਹ ਵੀ ਸਾਧ ਸੰਗਤ ਜੀ ਇਹ ਚੰਗੇ ਚੰਗੇ ਕੀਮਤੀ ਪਦਾਰਥ ਹੀ ਹਨ, ਹੋਰ ਕੁਝ ਨਹੀਂ ਖਾਂਦੇ ਹੰਸ। ਬਗਲਾ ਕਾਗ ਨਾ ਰਹੀ ਸਰਵਰ, ਤੇ ਬਗਲਾ ਕਾਗ ਨਾ ਰਹੀ ਸਰਵਰ ਰਹੀ, ਤੇ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਜਿਹੜਾ ਬਗਲਾ ਹੈ ਤੇ ਕਾਗ ਕਾਂ ਆਦਿ ਇਹ ਮਾਨ ਸਰੋਵਰ ਤੇ ਨਹੀਂ ਰਹੀ ਰਹਿ ਨਹੀਂ ਸਕਦੇ, ਇਹਨਾਂ ਦੀ ਖੁਰਾਕ ਹੀ ਨਹੀਂ ਉੱਥੇ। ਜੇ ਹੋਵੇ ਅਤ ਸਿਆਣਾ, ਭਾਵੇਂ ਬਗਲਾ ਦੇ ਕਾਂ ਦੋਵਾਂ ਵਿੱਚ ਅਤ ਤੇ ਅੰਤੀ ਸਿਆਣਪ ਹੋਵੇ ਨਾ, ਬਗਲਾ ਸਮਾਧੀ ਲਾਉਣ 'ਚ ਸਿਆਣਾ ਹੋਵੇ, ਕਾਂ ਜਿਹੜਾ ਹੈ ਸਾਧ ਸੰਗਤ ਹੋਰ ਉਹ ਇੱਟਾਂ ਚੱਕਦੇ ਨੂੰ ਵੇਖਣ 'ਚ ਸਿਆਣਾ ਹੋਵੇ ਭਾਵੇਂ, ਤੇ ਇਹਨਾਂ ਦੀ ਖੁਰਾਕ ਨਹੀਂ, ਇਹ ਗੰਦਗੀ ਖਾਂਦੇ ਨੇ ਨਾ, ਇਹਨਾਂ ਨੂੰ ਉੱਥੇ ਚੰਗਾ ਨਹੀਂ ਲੱਗਦਾ ਮਾਨ ਸਰੋਵਰ ਤੇ ਵਸਣਾ। ਉਹਨਾਂ ਰਿਜਕ ਨਾ ਪਾਇਓ ਉੱਥੇ, ਕਿਉਂਕਿ ਕਾਂ ਦੇ ਬਗਲੇ ਦਾ ਜਿਹੜਾ ਰਿਜਕ ਵਾਹਿਗੁਰੂ ਨੇ ਉੱਥੇ ਮਾਨ ਸਰੋਵਰ 'ਚ ਨਹੀਂ ਪਾਇਆ। ਉਹਨਾਂ ਹੋਰੋ ਖਾਣਾ, ਉਹਨਾਂ ਦੇ ਹੋਰ ਹੀ ਭੋਜਨ ਖਾਣਾ ਹੈ, ਬਗਲਾ ਜਿਹੜਾ ਹੈ ਉਹਦਾ ਭੋਜਨ ਡੱਡੂ ਮੱਛੀ ਹੈ, ਕਾਂ ਦਾ ਭੋਜਨ ਹੈ ਗੰਦਗੀ। ਇਹ ਪ੍ਰਕਰਨ ਦੁਆਰਾ ਮਹਾਰਾਜ ਨੇ
ਸਮਝਾਇਆ ਹੈ। ਹੁਣ ਤ੍ਰੀਵ ਭਾਵ ਜਿਹੜਾ ਮੁੱਖ ਰੱਖਿਆ ਉਹ ਦੱਸਦੇ ਨੇ। ਸਲੋਕ ਮਹੱਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ। ਸਰਵਰ ਕੀ ਹੈ? ਮਾਨ ਸਰੋਵਰ। ਮਾਨ ਸਰੋਵਰ ਗੁਰੂ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ, ਗੁਰੂ ਰੂਪੀ ਮਾਨ ਸਰੋਵਰ ਅਤੇ ਹੰਸ ਦੀ ਨਿਆਈ ਜਿਹੜੇ ਗੁਰਮੁਖ ਮਹਾਂਪੁਰਖ ਹਨ, ਤੁਰੇ ਹੀ ਮੇਲਾ। ਇਹਨਾਂ ਦਾ ਧੁਰ ਤੋਂ ਹੀ ਮਿਲਾਪ ਲਿਖਿਆ ਹੈ ਵਾਹਿਗੁਰੂ ਨੇ। ਕਿਉਂਕਿ ਵਾਹਿਗੁਰੂ ਜੋ ਹੈ ਨਾ, ਉਹਨੂੰ ਇਸੇ ਤਰ੍ਹਾਂ ਹੀ ਭਾਉਣਾ ਭਾਉਂਦਾ ਚੰਗਾ ਲੱਗਦਾ ਹੈ। ਪ੍ਰਭੂ ਨੇ ਜੋੜ ਬਣਾਇਆ ਹੈ ਗੁਰੂ ਮਾਨ ਸਰੋਵਰ ਤੇ ਗੁਰਮੁਖ ਮਹਾਤਮਾ ਜਿਹੜੇ ਹੰਸਾਂ ਦਾ। ਸਰਵਰ ਅੰਦਰ ਹੀਰਾ ਮੋਤੀ। ਜੋ ਗੁਰੂ ਸਾਹਿਬ ਜੀ ਦੇ ਉਪਦੇਸ਼ ਰੂਪੀ ਸਰੋਵਰ ਅੰਦਰ, ਸਤ ਸੰਗਤ ਰੂਪੀ ਸਰੋਵਰ ਦੇ ਅੰਦਰ ਹੀਰਾ ਮੋਤੀ। ਹੀਰਾ ਮੋਤੀ ਕੀ ਹੈ? ਵੀ ਵੈਰਾਗ ਆਦਿਕ ਹੀਰਾ ਨਾਮ ਰੂਪੀ ਵੈਰਾਗ ਰੂਪੀ ਹੀਰਾ ਹੈ ਅਤੇ ਮੁਕਤੀ ਰੂਪੀ ਮੋਤੀ, ਐਵੇਂ ਸ਼ੁਭ ਗੁਣਾਂ ਰੂਪੀ ਹੀਰੇ ਮੋਤੀ ਨੇ ਸਾਧ ਸੰਗਤ ਦੇ ਵਿੱਚ ਗੁਰੂ ਸਾਹਿਬ ਦੇ ਪਾਸ। ਸੋ ਹੰਸਾਂ ਕਾ ਖਾਣਾ। ਤੇ ਸ਼ੁਭ ਗੁਣ ਧਾਰਨ ਕਰਨੇ ਹੰਸ ਮਹਾਤਮਾ, ਹੰਸ ਉਹਨੂੰ ਕਹਿੰਦੇ ਨੇ ਜਿਹੜਾ ਦੁੱਧ ਅਤੇ ਪਾਣੀ ਨੂੰ ਨਤੇਰਨਾ ਜਾਣਦਾ ਹੋਵੇ। ਅਤੇ ਇਹ ਉੱਚੀ ਬਿਰਤੀ ਵਾਲੇ ਗੁਰਮੁਖਾਂ ਦੀ ਅਵਸਥਾ ਹੈ। ਆਮ ਸਾਡੇ ਵਰਗੇ ਸਧਾਰਨ ਜਿਹੜੇ ਹਾਲਾਂ ਥੱਲੇ ਤੁਰੇ ਫਿਰਦੇ ਉਹ ਨਹੀਂ। ਮਹਾਰਾਜ ਕਹਿੰਦੇ ਵੀ ਜਿਹੜੇ ਗੁਰਮੁਖ ਹੰਸ ਨੇ ਮਹਾਂਪੁਰਖ, ਉਹਨਾਂ ਦਾ ਖਾਣਾ ਭੋਜਨ ਹੀ ਇਹ ਹੈ, ਉਹਨਾਂ ਦੀ ਤਾਂ ਖੁਰਾਕ ਹੀ ਇਹ ਹੈ ਜਿਹੜੇ ਸ਼ੁਭ ਗੁਣ ਧਾਰਨ ਕਰਨੇ ਹਨ। ਬਗੁਲਾ ਕਾਗ ਨਾ ਰਹੀ ਸਰਵਰ। ਰਹੀ ਦੋਹਾ ਹੀ ਲਾਗੇ ਰਹੀ। ਬਗੁਲਾ ਕਾਗ ਨਾ ਰਹੀ ਸਰਵਰ। ਬਗੁਲਾ ਕਾਗ ਨਾ ਰਹੀ ਸਰਵਰ। ਬਗਲਾ ਕੀ ਹੈ? ਬਗਲੇ ਵਾਂਗ ਚਿੱਟੇ ਬਸਤਰ ਪਾ ਕੇ, ਚਿੱਟੇ ਬਸਤਰ ਪਾਓ ਸਾਫ ਸੁਥਰਾ ਚੰਗਾ ਚੰਗਾ ਬਣ ਕੇ ਜਿਹੜਾ ਰਹਿਣਾ ਹੈ। ਬਗਲਾ ਕਾਗ ਅਤੇ ਕਾਂ ਵਾਂਗ ਕਾਲੇ ਦਿਲ ਵਾਲਾ ਪਖੰਡੀ, ਦਿਲ ਕਾਲਾ ਹੋਵੇ ਅਤੇ ਉੱਤੋਂ ਪਖੰਡ ਕਰਕੇ ਵਿਖਾਉਣ ਵਾਲਾ ਪੁਰਖ, ਜਾਂ ਬਗਲਾ ਪਖੰਡੀ ਵੀ ਹੈ। ਬਗਲੇ ਵਰਗਾ ਪਖੰਡੀ ਅਤੇ ਕਾਂ ਵਰਗਾ ਕਾਮੀ ਵਿਕਾਰੀ ਪੁਰਖ ਜਿਹੜਾ ਹੈ, ਉਹ ਸਾਧ ਸੰਗਤ ਰੂਪੀ ਗੁਰੂ ਸਾਹਿਬ ਰੂਪੀ ਸਰੋਵਰ ਦੇ ਪਾਸ ਨਹੀਂ ਰਹਿ ਸਕਦਾ। ਜੇ ਹੋਵੇ ਅਤ ਸਿਆਣਾ। ਭਾਵੇਂ ਉਹ ਸਾਧ ਸੰਗਤ ਬਗਲੇ ਵਰਗਾ ਪਖੰਡੀ, ਕਾਂ ਵਰਗਾ ਕਾਮੀ, ਸਿਆਣਾ ਬਹੁਤਾ ਹੋਵੇ, ਸ਼ਾਸਤਰਾਂ ਦਾ ਗਿਆਤਾ ਹੋਵੇ, ਚੰਗੀ ਅਕਲ ਹੋਵੇ ਨਾ ਦੁਨੀਆਦਾਰੀ ਵਾਲੀ ਵੀ, ਬੜੀ ਸਿਆਣਪ ਹੋਵੇ, ਪਰ ਉਹ ਵੀ ਸਾਧ ਸੰਗਤ ਵਿੱਚ ਅਸਥਿਤ ਹੋ ਕੇ ਨਹੀਂ ਰਹਿੰਦਾ। ਉਹਨਾਂ ਰਿਜਕ ਨਾ ਪਾਇਓ ਉੱਥੇ। ਕਿਉਂਕਿ ਉਹ ਪਖੰਡੀ ਦੰਭੀ ਪੁਰਖ ਜਿਹੜੇ ਬਗਲੇ ਵਰਗੇ ਨੇ, ਕਾਂ ਵਰਗੇ ਜਿਹੜੇ ਵਿਕਾਰੀ ਪੁਰਖ ਹਨ, ਉੱਥੇ ਮਾਨ ਸਰੋਵਰ ਸਾਧ ਸੰਗਤ ਵਿੱਚ ਗੁਰੂ ਸਾਹਿਬ ਦੇ ਚਰਣਾਂ ਵਿੱਚ ਮਹਾਰਾਜ ਪਰਮੇਸ਼ਰ ਨੇ ਉਹਨਾਂ ਦਾ ਰਿਜਕ ਨਹੀਂ ਪਾਉਣਾ ਕੀਤਾ, ਨਹੀਂ ਪਾਇਆ। ਉਹਨਾਂ ਹੋਰੋ ਖਾਣਾ। ਕਿਉਂਕਿ ਉਹਨਾਂ ਮਨਮੁਖਾਂ ਦਾ ਖਾਣਾ ਜਿਹੜਾ ਹੈ ਨਾ ਪਖੰਡੀਆਂ ਦਾ, ਉਹ ਹੋਰ ਹੀ ਹੈ। ਜਿਵੇਂ ਬਗਲੇ ਦੇ ਵਾਂਗ ਡੱਡੀ ਮੱਛੀ ਖਾਣ ਰੂਪੀ ਪਰਾਇਆ ਹਾਕੀ ਖਾਂਦੇ ਨੇ, ਕਾਂ ਦੇ ਵਾਂਗ ਪਰ ਤਨ ਗਾਮੀ ਹੋਣ ਰੂਪੀ ਵਿਕਾਰ ਭੋਗਣ ਰੂਪੀ ਮਨ ਦ੍ਰਿਸ਼ਟੀ ਨਾਲ ਹੀ ਤੱਕਦੇ ਨੇ, ਨਿੰਦਿਆ ਰੂਪੀ ਜਾਂ ਵਿਸਟਾ ਹੀ ਖਾਂਦੇ ਹਨ। ਉਹਨਾਂ ਦੀ ਇਹੀ ਖੁਰਾਕ ਹੈ ਗੰਦਗੀ, ਉਹ ਕਿੱਥੇ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹਨ। ਸੱਚ ਕਮਾਣਾ ਸੱਚੋ ਪਾਈਐ। ਸੱਚ ਕਮਾਣਾ, ਪਾਠ ਵੇਖ ਫਿਰ ਪੜ੍ਹ। ਸੱਚ ਕਮਾਣਾ ਸੱਚੋ ਪਾਈਐ। ਜਿਹੜਾ ਸੱਚੇ ਨਾਮ ਨੂੰ ਕਮਾਣੇ ਕਮਾਉਣਾ ਕਰਦੇ ਨੇ ਨਾ, ਸੱਚੋ ਪਾਈਐ, ਉਹ ਸੱਚ ਸਰੂਪ ਦੀ ਪ੍ਰਾਪਤੀ ਨੂੰ ਜਾਂ
ਆਤਮਕ ਸੁਖ ਨੂੰ ਪ੍ਰਾਪਤ ਕਰਦੇ ਹਨ। ਕੂੜਾ ਕੂੜਾ ਮਾਣਾ, ਜਿਹੜੇ ਕੂੜ ਦੇ ਵਿੱਚ ਲੱਗੇ ਨੇ ਝੂਠੇ ਪੁਰਖ, ਉਹਨਾਂ ਨੂੰ ਕੂੜਾ ਝੂਠਾ ਹੀ ਮਾਣਾ ਮਾਣ ਭਾਵ ਨਰਕ ਦੀ ਪ੍ਰਾਪਤੀ ਰੂਪ ਹੀ ਮਾਣ ਮਿਲੇਗਾ। ਨਾਨਕ ਤਿਨਕੋ ਸਤਿਗੁਰ ਮਿਲਿਆ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਵੀ ਉਹ ਸਤਿਗੁਰੂ ਮਾਨ ਸਰੋਵਰ ਉਹਨਾਂ ਨੂੰ ਹੀ ਮਿਲੇ ਹਨ ਜੋ ਸੱਚੇ ਪਾਤਸ਼ਾਹ ਨੇ। ਕੌ ਕਨੌੜੇ ਦੇ ਸਹਾਇਤਾ ਤਿੰਨ ਕੌ ਸਤਿਗੁਰ ਮਿਲਿਆ, ਉਹਨਾਂ ਨੂੰ ਸੱਚੇ ਗੁਰੂ ਸਾਹਿਬ ਜੀ ਪ੍ਰਾਪਤ ਹੋਏ ਹਨ ਉਹਨਾਂ ਦੇ ਤਾਈ। ਜਿਨ੍ਹਾਂ ਧੁਰੇ ਪਿਆ ਪਰਵਾਣਾ, ਹਾਂ ਜਿਨ੍ਹਾਂ ਧੁਰੇ ਪਿਆ ਪਰਵਾਣਾ, ਪੈ ਪੱਪੇ ਨੂੰ ਦਲਾਵਾਂ ਲੱਗ ਜਾਣਗੀਆਂ, ਇੜੀ ਨੂੰ ਸਿਹਾਰੀ ਅਤੇ ਐੜੇ ਨੂੰ ਕੰਨਾਂ। ਪੈ ਆ ਪਿਆ ਵੀ ਨਹੀਂ ਕਹਿਣਾ, ਪਿਆ ਕਹਾਂਗੇ ਫਿਰ ਪੱਪੇ ਨੂੰ ਸਿਹਾਰੀ ਹੋ ਗਈ, ਦਲਾਵਾਂ ਨੇ ਨਾ। ਪੈ ਆ ਪਰਵਾਣਾ, ਜਿਨ੍ਹਾਂ ਧੁਰੇ ਪਏ ਆ ਪਰਵਾਣਾ, ਕਿਹਨਾਂ ਨੂੰ ਗੁਰੂ ਸਾਹਿਬ ਮਿਲੇ ਨੇ, ਜਿਨ੍ਹਾਂ ਦੇ ਧੁਰੇ ਤੁਰਾਦ ਤੋਂ ਹੀ ਮੱਥੇ 'ਤੇ ਪਰਮੇਸ਼ਰ ਦੀ ਕਿਰਪਾ ਨਾਲ ਪਰਵਾਣਾ ਪਰਵਾਨਾ ਲੇਖ ਪਿਆ ਹੋਇਆ ਹੈ। ਧੁਰ ਤੋਂ ਹੀ ਵਾਹਿਗੁਰੂ ਨੇ ਗੁਰਾਂ ਦੇ ਨਾਲ ਮਿਲਣ ਦੀ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਕੀਤੀ ਹੈ। ਸਾਹਿਬ ਮੇਰਾ ਉਜਲਾ, ਸਾਹਿਬ ਮੇਰਾ ਉਜਲਾ, ਇਹ ਸਾਧ ਸੰਗਤ ਇੱਦਾਂ ਹੀ ਹੈ, ਇੱਥੇ ਸਿਰਲੇਖ ਕੋਈ ਵੱਖਰਾ ਨਹੀਂ ਹੈ। 1969 ਤੀਕਰ ਸ਼ਬਦਾਰਥ ਦੀਆਂ ਪੋਥੀਆਂ 'ਚ ਵੀ ਇੱਥੇ ਕੋਈ ਸਿਰਲੇਖ ਨਹੀਂ ਸੀ ਲਿਖਿਆ ਜਾਂਦਾ, ਪਰ ਕਈ ਸਰੂਪਾਂ ਦੇ ਵਿੱਚ ਹੁਣ ਸਿਰਲੇਖ ਉੱਤੇ, ਸਿਰਲੇਖ ਤੋਂ ਭਾਵ ਕਿ ਵੀ ਮਹੱਲਾ ਲਿਖ ਦਿੰਦੇ ਹਨ, ਪਰ ਉਹ ਨਹੀਂ ਠੀਕ, ਇੱਦਾਂ ਸਿਰਲੇਖ ਤੋਂ ਰਹਿਤ ਹੀ ਹੈ। ਜਿਵੇਂ ਆਰੰਭ ਹੋਇਆ ਨਾ ਅੱਗੇ ਅਗਲਾ ਸਲੋਕ ਗੁਰੂ ਨਾਨਕ ਦੇਵ ਮਹਾਰਾਜ ਦਾ ਹੀ ਹੈ। ਸਾਹਿਬ ਮੇਰਾ ਉਜਲਾ, ਹੈ ਭਾਈ ਸਾਡਾ ਸਾਹਿਬ ਮਾਲਕ ਪਰਮੇਸ਼ਰ ਉਜਲਾ ਨਿਰਮਲ ਸਰੂਪ ਹੈ। ਜੇ ਕੋ ਚਿੱਤ ਕਰੇ, ਜੇ ਕੋਈ ਉਸ ਨਾਲ ਚਿੱਤ ਦੀ ਬਿਰਤੀ ਨੂੰ ਲਾਉਣਾ ਕਰੇ ਤਾਂ ਉਹ ਪਵਿੱਤਰ ਹੋ ਜਾਂਦਾ, ਉਹਨੂੰ ਵਾਹਿਗੁਰੂ ਮਿਲਦਾ ਹੈ। ਨਾਨਕ ਸੋਈ ਸੇਵੀਐ, ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦਾ ਹੀ ਸੇਵਨ ਕਰੀਏ ਭਾਈ, ਸਵਾਸ ਸਵਾਸ ਸਿਮਰਨ ਕਰੀਏ। ਸਦਾ ਸਦਾ ਜੋ ਦੇ, ਜਿਹੜਾ ਸਦੀਵ ਕਾਲ ਸਾਨੂੰ ਦਾਤਾਂ ਦੇਣਾ ਕਰਦਾ ਹੈ। ਨਾਨਕ ਸੋਈ ਸੇਵੀਐ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦਾ ਸਿਮਰਨ ਕਰੀਏ ਭਾਈ, ਜਿਤ ਸੇਵਿਐ ਦੁੱਖ ਜਾਏ, ਜਿਸ ਦੇ ਸਿਮਰਨ ਕਰਨ ਦੇ ਨਾਲ ਹਰ ਤਰ੍ਹਾਂ ਦੀ ਦੁੱਖ ਤਕਲੀਫ ਚਲੀ ਹੋ ਜਾਂਦੀ ਹੈ। ਜੰਮਣ ਮਰਨ ਦੇ ਸਹਿਤ ਜਿਸ ਭਜਨ ਕਰਕੇ, ਜਿਸ ਵਾਹਿਗੁਰੂ ਸਿਮਰਨ ਕਰਨੇ ਕਰਕੇ ਦੁੱਖ ਦਲਿੱਦਰ ਚਲੇ ਜਾਂਦੇ ਹਨ, ਉਹਨੂੰ ਸਿਮਰੀਏ ਭਾਈ। ਅਵਗੁਣ ਵੰਜਨ ਗੁਣ ਰਵ ਹੈ, ਅਵਗੁਣ ਵੰਜਨ ਗੁਣ ਰਵ ਹੈ, ਜੋ ਗੁਰੂ ਸਾਹਿਬ ਦੀ ਪ੍ਰਾਪਤੀ ਵਾਲੇ ਗੁਣਾਂ ਨੂੰ ਰਵੇ, ਨਾਮ ਹੈ ਉਚਾਰਨ ਕਰਨ ਦਾ। ਉਹ ਉਚਾਰਨ ਕਰਦੇ ਨੇ ਅਤੇ ਹਿਰਦੇ ਦੇ ਅੰਦਰ ਅਵਗੁਣ, ਜਿਹੜੇ ਅਵਗੁਣ ਅਸ਼ੁਭ ਗੁਣ ਹਨ ਉਹਨਾਂ ਨੂੰ ਵੰਜਨ, ਉਹ ਚਲੇ ਜਾਂਦੇ ਨੇ ਉਹਨਾਂ ਦੇ ਅੰਦਰੋਂ। ਅਵਗੁਣ ਵੰਜਨ, ਉਹਨਾਂ ਦੇ ਅੰਦਰੋਂ ਅਵਗੁਣ ਵੰਜਨ ਨਾਮ ਹੁੰਦਾ ਚਲੇ ਜਾਣਾ, ਭਾਵ ਦੂਰ ਹੋ ਜਾਂਦੇ ਨੇ। ਕਿਹਨਾਂ ਦੇ ਗੁਣ ਰਵ ਹੈ, ਜੋ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਉਚਾਰਨ ਕਰਦੇ ਹਨ। ਮਨ ਸੁਖ ਵਸੈ ਆਏ, ਫਿਰ ਮਨ ਦੇ ਅੰਦਰ ਸੁਖ ਸਰੂਪ ਵਾਹਿਗੁਰੂ ਆ ਕੇ ਵਸ ਜਾਂਦਾ ਹੈ, ਜਾਂ ਆਤਮਕ ਸੁਖ ਆਨੰਦ ਆ ਕੇ ਮਿਲਦਾ ਹੈ। ਪੌੜੀ ਆਪੇ ਆਪ ਵਰਤਦਾ, ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਪਰਮੇਸ਼ਰ ਜੋ ਐਸਾ ਸਮਰੱਥ ਹੈ ਵੀ ਉਹ ਆਪੇ ਆਪ ਹੀ ਆਪਣਾ ਰੂਪ ਹੋ ਕੇ ਸਾਰਿਆਂ ਦੇ ਵਿੱਚ ਵਰਤ ਰਿਹਾ ਮੌਜੂਦ ਹੈ। ਆਪ ਤਾੜੀ ਲਾਈਨ, ਆਪ ਹੀ ਪਰਮੇਸ਼ਰ ਸੰਸਾਰ ਦੀ ਪਰਲੋ ਕਰਨ ਤੋਂ ਬਾਅਦ ਜਦੋਂ ਮਹਾਂਪਰਲੇ ਕਰਦਾ ਏ ਤਾਂ ਤਾੜੀ ਲਾਈਨ, ਤਾੜੀ ਸਮਾਧੀ ਲਾਉਣਾ ਕਰਦਾ ਹੈ, ਭਾਵ ਕਿ
ਆਪਣੇ ਆਪ ਵਿੱਚ ਹੀ ਲੀਨ ਹੋ ਜਾਂਦਾ। ਸਭ ਕੁਝ ਸੂਰਜ ਤਾਰੇ ਚੰਦ ਦੁਨੀਆਂ ਮੇਟ ਕੇ ਆਪੇ ਹੀ ਉਪਦੇਸ਼ ਦਾ, ਮਹਾਰਾਜ ਸਾਹਿਬ ਕਹਿੰਦੇ ਆਪੇ ਹੀ ਉਪਦੇਸ਼ ਦਾ, ਵਾਹਿਗੁਰੂ ਆਪ ਹੀ ਗੁਰੂ ਰੂਪ ਹੋ ਕੇ ਜਦੋਂ ਜਗਤ ਪੈਦਾ ਕਰਦਾ ਏ ਤਾਂ ਫਿਰ ਉਪਦੇਸ਼ ਦਾ ਉਪਦੇਸ਼ ਦਿੰਦਾ, ਸਿੱਖਿਆ ਦਿੰਦਾ ਹੈ। ਗੁਰਮੁਖ ਪਤੀ ਆਈਨ, ਗੁਰਮੁਖ ਗੁਰਮੁਖ ਪਤੀ ਆਈਨ, ਪਤੀ ਨਹੀਂ ਕਹਿਣਾ, ਗੁਰਮੁਖ ਪਤੀ ਆਈਨ, ਇਹ ਧਿਆਨ ਰੱਖਣਾ। ਪਤੀ ਆਈਨ ਇਕੱਠਾ ਹੀ ਪਾਠ ਹੈ ਅਤੇ ਇਹਦੇ ਵਿੱਚ ਦੋਹਰਾ ਆੜਾ ਆਇਆ, ਗੁਰਮੁਖ ਪਤੀ ਆਈਨ। ਅਤੇ ਜਿਹੜੇ ਆਪ ਹੀ ਫਿਰ ਗੁਰਮੁਖ ਬਣ ਕੇ ਆਪ ਹੀ ਉਪਦੇਸ਼ ਦਿੰਦਾ ਹੈ ਅਤੇ ਆਪ ਹੀ ਗੁਰਮੁਖ ਬਣ ਕੇ ਭਾਵ ਅਧਿਕਾਰੀ ਹੋ ਕੇ ਗੁਰਾਂ ਦੇ ਉਪਦੇਸ਼ ਉੱਤੇ ਪਤੀ ਆਈਨ ਪ੍ਰਤੀਤ ਕਰਦਾ, ਭਰੋਸਾ ਕਰਕੇ ਕਮਾਉਂਦਾ ਹੈ। ਇੱਕ ਆਪੇ ਉੱਜੜ ਪਾਇਨ, ਇਕਨਾਂ ਨੂੰ ਜਿਹੜੇ ਮਨਮੁਖ ਹਨ ਉਹਨਾਂ ਦੇ ਮੰਦੇ ਕਰਮ ਵੇਖ ਕੇ ਆਪ ਹੀ ਪਰਮੇਸ਼ੁਰ ਨੇ ਸੰਸਾਰ ਦੇ ਵਿੱਚ ਟੇਢੀਆਂ ਜੂਨਾਂ ਰੂਪੀ ਉੱਜੜ ਉਜਾੜ ਦੇ ਵਿੱਚ ਪਾਉਣਾ ਕਰਦਾ ਹੈ ਮਾਲਕ। ਇੱਕ ਭਗਤੀ ਲਾਇਨ, ਇੱਕ ਗੁਰਮੁਖ ਜਨ ਨੇ ਉਹਨਾਂ ਦਾ ਜੀਵਨ ਪਹਿਲਾਂ ਹੀ ਚੰਗਾ ਹੈ ਅਤੇ ਹੋਰ ਸਵਾਰਨ ਦੇ ਲਈ ਆਪਣੇ ਨਾਲ ਮੇਲਣ ਲਈ ਉਹਨਾਂ ਨੂੰ ਭਗਤੀ ਕਰਨ ਵਿੱਚ ਲਾਉਣਾ ਕਰਦਾ ਹੈ। ਜਿਸ ਆਪ ਬੁਝਾਏ ਸੋ ਬੁੱਝ ਸੀ, ਜਿਹਨੂੰ ਆਪ ਹੀ ਵਾਹਿਗੁਰੂ ਗੁਰਾਂ ਦੁਆਰਾ ਆਪਣੇ ਸੱਤ ਚਿੱਤ ਆਨੰਦ ਸਰੂਪ ਨੂੰ ਬੁਝਾਏ ਸਮਝਾਉਂਦਾ ਹੈ ਸੋ ਬੁੱਝ ਸੀ। ਬੁੱਝ ਸੀ ਅਰ ਸ਼ਬਦ ਇਹੋ ਜਿਹਾ ਤਿੰਨਾਂ 'ਚ ਹੀ ਲੱਗ ਜਾਂਦਾ, ਬੁੱਝ ਸੀ ਨਾਮ ਹੈ ਵੀ ਉਹਨੇ ਪਿੱਛੇ ਬੁੱਝਿਆ ਸੀ, ਉਹੀ ਹੁਣ ਬੁੱਝ ਸੀ ਬੁੱਝਦਾ ਸਮਝਦਾ ਹੈ, ਬੁੱਝ ਸੀ ਉਹੀ ਆਉਣ ਵਾਲੇ ਸਮੇਂ ਵਿੱਚ ਸਮਝੇਗਾ। ਇਹ ਤਿੰਨਾਂ ਹੀ ਸਾਧ ਸੰਗਤ ਜਿਹੜੇ ਸਮੇਂ ਹਨ ਉਹਨਾਂ ਸਮਿਆਂ ਨਾਲ ਬੁੱਝ ਸੀ ਲਫਜ਼ ਦਾ ਅਰਥ ਬਣ ਜਾਂਦਾ, ਤਿੰਨਾਂ ਸਮਿਆਂ 'ਚ ਉਹੀ ਸਮਝਦਾ ਹੈ, ਉਹੀ ਸਮਝਦਾ ਸੀ ਹੈ ਅਤੇ ਸਮਝੇਗਾ ਜਿਹਨੂੰ ਵਾਹਿਗੁਰੂ ਆਪ ਸਮਝਾਉਂਦਾ ਏ। ਆਪੇ ਨਾਏ ਲਾਈਨ, ਅਤੇ ਆਪ ਹੀ ਗੁਰੂ ਰੂਪ ਹੋ ਕੇ ਨਾਮ ਜਪਣ ਵਿੱਚ ਲਾਉਣਾ ਕਰਦਾ ਹੈ ਜੀਵਾਂ ਦੇ ਤਾਈ। ਨਾਨਕ ਨਾਮ ਧਿਆਈ ਹੈ, ਸਤਿਗੁਰੂ ਨਾਨਕ ਦੇਵ ਮਹਾਰਾਜ ਤੀਸਰੇ ਸਰੂਪ ਕਹਿੰਦੇ ਵੀ ਵਾਹਿਗੁਰੂ ਦੇ ਨਾਮ ਨੂੰ ਆਰਾਧਨਾ ਕਰੀਏ। ਸੱਚੀ ਵਡਿਆਈ, ਤਦੋਂ ਸੱਚੀ ਵਡਿਆਈ ਦੀ ਪ੍ਰਾਪਤੀ ਹੁੰਦੀ ਹੈ, ਵਾਹਿਗੁਰੂ ਬ੍ਰਹਮ ਗਿਆਨੀ ਆਪ ਪਰਮੇਸ਼ਰ ਤਦੋਂ ਸੱਚੀ ਸੋਭਾ ਮਿਲੇਗੀ। ਵਾਹੂ ਵਾਹੂ ਸੱਚੇ ਪਾਤਸ਼ਾਹ, ਹੇ ਸੱਚੇ ਪਾਤਸ਼ਾਹ ਤੂੰ ਅਚਰਜ ਰੂਪ ਵਿਸਮਾਦ ਰੂਪ ਹੈ, ਤੂੰ ਸੱਚੀ ਨਾਈ, ਤੂੰ ਆਪ ਹੀ ਮਹਾਰਾਜ ਸੱਚੀ ਨਾਈ, ਮਹਿਮਾ ਵਡਿਆਈ ਵਾਲਾ ਏ। ਸ਼ੁੱਧ ਮਹਾਰਾਜ ਨੇ ਲਿਖਿਆ ਵੀ ਇਹ ਬਾਣੀ ਸ਼ੁੱਧ ਹੈ, ਵੀ ਇਹ ਤੇ ਕੋਈ ਕਲਮ ਨਾ ਉਠਾਏ, ਜਿਵੇਂ ਕਈ ਉੱਠਦੇ ਹੁੰਦੇ ਸਨ ਪਹਿਲਾਂ ਵੀ ਮਹੱਲੇ ਵੱਖੋ ਵੱਖ ਕਰਦੇ ਹਾਂ, ਸਲੋਕ ਪੌੜੀਆਂ ਇੱਕ ਥਾਂ ਕਰਦੇ ਹਾਂ, ਐਵੇਂ ਬਾਣੀ 'ਚ ਅਦਲਾ ਬਦਲੀ ਕਰਨ ਦਾ ਹੱਕ ਨਹੀਂ ਹੈ। ਸ਼ੁੱਧ ਹੈ ਜਿਹੜਾ ਇਸ ਗੁਰਬਾਣੀ ਨੂੰ ਪੜ੍ਹਦਾ, ਉਹਦਾ ਹਿਰਦਾ ਵੀ ਸ਼ੁੱਧ ਨਿਰਮਲ ਪਵਿੱਤਰ ਜੀਵਨ ਵਾਲਾ ਹੋ ਜਾਵੇਗਾ। ਸ਼ੁੱਧ ਸਰੂਪ ਹੈ ਬ੍ਰਹਮ, ਜਿਹੜਾ ਇਸ ਗੁਰਬਾਣੀ ਨੂੰ ਪੜ੍ਹੇਗਾ, ਗੁਰਬਾਣੀ ਪੜ੍ਹ ਕੇ ਉਹਨੂੰ ਸ਼ੁੱਧ ਸਰੂਪ ਬ੍ਰਹਮ ਦੀ ਪ੍ਰਾਪਤੀ ਹੋ ਜਾਵੇਗੀ। ਇਹ ਸਾਧ ਸੰਗਤ ਜੀ ਰਾਮ ਕਲੀ ਰਾਗ ਦੇ ਅੰਦਰ ਜੋ ਪਹਿਲੀ ਵਾਰ ਆਈ ਹੈ ਗੁਰੂ ਅਮਰਦਾਸ ਸਾਹਿਬ ਦੇ ਮੁੱਖੋਂ ਉਚਾਰਨ ਕੀਤੀ ਹੋਈ ਅਤੇ ਸਲੋਕ ਸਾਂਝੇ ਨੇ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ, ਗੁਰੂ ਨਾਨਕ ਦੇਵ ਸਾਹਿਬ ਅਤੇ ਗੁਰੂ ਅੰਗਦ ਦੇਵ ਸਾਹਿਬ ਤਿੰਨਾਂ ਪਾਤਸ਼ਾਹ ਦੇ। ਸੋ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਇਹ ਜਿਵੇਂ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਹਦਾ ਉਚਾਰਨ ਅਖੰਡ ਪਾਠ ਸਾਹਿਬ ਕਰਦੇ ਸਮੇਂ, ਸਹਿਜ ਪਾਠ ਕਰਦੇ ਸਮੇਂ ਇਹ ਕਰਨਾ ਹੈ। ਜੇ ਆਪਾਂ ਛੱਡਾਂਗੇ ਤਾਂ 20 ਤੁਕਾਂ ਨੇ ਤਕਰੀਬਨ ਅੱਧਾ ਅੰਗ ਬਣ ਜਾਂਦਾ, ਇੰਨੀ ਬਾਣੀ ਛੱਡੀ ਜਾਵੇਗੀ, ਇਹਨਾਂ ਸਾਧ ਸੰਗਤ ਅਵੱਗਿਆ ਹੋ ਜਾਵੇਗੀ।
ਸੋ ਇਹ ਚੇਤਾ ਰੱਖਣਾ, ਧਿਆਨ ਰੱਖਣਾ, ਜਦੋਂ ਵੀ ਬਾਣੀ ਪੜ੍ਹੋ ਇਹਦੇ ਨਾਲ ਸੰਪੂਰਨਤਾ ਕਰਨੀ, ਫਿਰ ਅਖੀਰ 'ਚ ਸ਼ੁੱਧ ਦਾ ਉਚਾਰਨ ਵੀ ਮਗਰੋਂ ਕਰਨਾ ਹੈ, ਤੋਂ ਪੜ੍ਹ ਕੇ ਸਤਿਗੁਰੂ ਮਹਾਰਾਜ ਮਿਹਰ ਭਰਿਆ ਹੱਥ ਰੱਖਣਾ, ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਨਾਮ ਸੇਵਾ ਸਿਮਰਨਾ ਜੋੜ ਕੇ ਸਾਨੂੰ ਆਤਮਿਕ ਸੁੱਖ ਆਨੰਦ ਦੀ ਦਾਤ ਬਖਸ਼ਣ। ਸੋ ਇੱਥੇ ਹੀ ਸਮਾਪਤੀ ਹੈ। ਹੁਣ ਇਹਤੋਂ ਅਗਲਾ ਸਮਾਂ ਜੋ ਹੈ ਉਹ ਭਾਈ ਸਾਹਿਬ ਜੀ ਸਕੱਤਰ ਸਾਹਿਬ ਜੀ ਦੱਸਣਗੇ। ਮਾਘੀ ਵਾਲੇ ਦਿਨ ਤੋਂ ਫਿਰ ਅੱਗੇ ਕਥਾ ਆਰੰਭ ਹੋਏਗੀ। ਉਹ ਤੋਂ ਪਹਿਲਾਂ ਹੁਣ ਗੁਰੂ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜਿਆਂ ਦੇ ਸੰਬੰਧਿਤ ਸਮਾਗਮ ਕੱਲ੍ਹ ਤੋਂ ਆਰੰਭ ਹੋ ਜਾਣੇ ਹੈ, ਅਤੇ ਮਾਘੀ ਦੇ ਜੋੜ ਮੇਲੇ ਤੋਂ ਉਸ ਦਿਨ ਤੋਂ ਫਿਰ ਮਾਘ ਦੀ ਸੰਗਰਾਂਦ ਵਾਲੇ ਦਿਨ ਜਨਵਰੀ 14 ਮਾਘੀ ਵਾਲੇ ਦਿਨ ਤੋਂ ਸ਼ਾਮ ਨੂੰ ਮਹਾਰਾਜ ਦੀ ਕਿਰਪਾ ਨਾਲ ਕਥਾ ਫਿਰ ਅੱਗੇ ਸਹਿਜ ਪਾਠ ਆਰੰਭ ਹੋਵੇਗੀ। ਸੋ ਆਪ ਜੀ ਨੇ ਇਹਨਾਂ ਸਮਿਆਂ ਵਿੱਚ ਵੀ ਜਿਹੜੇ ਗੁਰਮਤਿ ਸਮਾਗਮ ਹੋ ਰਹੇ ਹਨ ਤਿਨ੍ਹਾਂ ਦੇ ਵਿੱਚ ਵੀ ਜਿੰਨਾ ਵੀ ਵੱਧ ਤੋਂ ਵੱਧ ਸਮਾਂ ਨਿਕਲੇ ਰੁਚੀ ਅਨੁਸਾਰ ਕੀਰਤਨ ਕਥਾ ਦੇ ਵਿੱਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ, ਅਖੀਰਲੀਆਂ ਤੁਕਾਂ ਦਾ ਪਾਠ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ। ਨਾਨਕ ਨਾਮ ਧਿਆਈ ਹੈ ਸੱਚੀ ਵਡਿਆਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।